इस प्रोग्राम दे प्रायोजक ने सहारा टूर्स एंड ट्रैवल्स। कार बैठे टिकटा मंगवाउन दे लई कॉल करो 855 फ्लाई गुरु। सुरक्षा ते आसान तरीका पार कटाउन दा, लूज वेट फील ग्रेट, न्यूट्रिशन फॉर बेटर लाइफ। नमस्कार, सत श्री अकाल। हैलो ग्लोबल पंजाब शो च नॉर्थ अमेरिका दे ग्लोबल पंजाब टीवी अते कैनेडा दे चैनल पंजाबी दे दर्शकों का स्वागत है। अज आपां गल करांगे आम आदमी पार्टी दी, जिस च कांग्रेस अते अकाली दल दे कई लीडर शामिल होण वास्ते इच्छुक ने। इस दा पार्टी नूं किन्ना क फायदा जां नुकसान होगा, यह मसला आपां अज विचारांगे। पर उस तों पहलों रोज़ वांगू अज भी दस देवां कि तुसीं इस शो नूं नॉर्थ अमेरिका दे पैसिफिक टाइम मुताबिक शामी 5:30 बजे तो ईस्टर्न टाइम मुताबिक शामी 8:30 बजे लाइव देख सकते जे। ये कुछ रिपीट शो भी होंगे, रिपीट शो वेले तुसी सवाल जवाब नहीं कर सकते, उदों सिर्फ तुसी पुरानी रिकॉर्डिंग ही सुन सकते जे। लाइव शो जिहड़ा वा भारतीय समय अनुसार सवेरे 7 तों 8 बजे हुंदा। हुण आपां विचारदे हां अज दा मसला। वैसे तो हर चोणां तों पहलों सियासी पार्टियां च जिहड़ी अदला बदली आ इह हुंदी रहिंदी आ, पर इस वारी यह सिलसिला ऐन लगता भी कुछ जल्दी शुरू हो गया। अली ऑलमोस्ट 1 साल पिया वा चोणां नूं। कुछ लोग अकाली दल छड़ के कांग्रेस या कांग्रेस छड़ के अकाली दल जा रहे हैं, पर ज़्यादा शामिल होने की हेड़ इस वेले आम आदमी पार्टी जापती है। बाकियों के मुकाबले आम आदमी पार्टी ज़्यादा लोग इच्छुक ने ज्वाइन करन दे। ये शायद इस करके कि इस वेले आम आदमी पार्टी बाकी पार्टियां नालों बेहतर स्थिति पंजाब जापती है। पिछले दिनों जिहड़े लीडर ने आपू पंजाब ज्वाइन किया, उन्हें कांग्रेस का बुलारा सुखपाल सिंह खैरा, कर्नल सी डी सिंह कंबोज, जगतार सिंह राजला, राजविंदर सिंह वगैरह वगैरह, कुछ होर जिला पद्धर के लीडर भी इस पार्टी दे विच शामिल होए। इन्हों उपर आप विच अते लोकां विच एक मिली जुली जी प्रतिक्रिया वा। कुछ लोग कह रहे हैं बहुत वधिया होया, कुछ लोग इहदा विरोध भी कर रहे हैं। इस कोई शक नहीं, जे आपां एक एक करके सारा भी आपां डिस्कशन करते हैं। पहलों लैंदे हां सुखपाल सिंह खैरा। इस कोई शक नहीं कि सुखपाल सिंह खैरा एक बहुत ਧੜੱਲੇਦਾਰ ਬੁਲਾਰੇ ਨੇ। ਭਾਵੇਂ ਉਹ ਚੋਣ ਪਲੱਥ ਹਲਕੇ ਤੋਂ ਸਿਰਫ ਸ਼ਾਇਦ ਇੱਕੋ ਵਾਰੀ ਜਿੱਤੇ ਆ 2007 ਦੇ ਵਿੱਚ, ਪਰ ਉਹ ਉੱਥੋਂ ਦੀ ਜਿਹੜੀ ਡਿੱਗਜ ਲੀਡਰ ਆ ਬੀਬੀ ਜਗੀਰ ਕੌਰ, ਉਹਦਾ ਸਖ਼ਤ ਵਿਰੋਧ ਕਰਦੇ ਆਏ ਆ। ਸਿਰਫ ਉਹਨਾਂ ਦਾ ਹੀ ਨਹੀਂ, ਅਕਾਲੀ ਦਲ ਦਾ, ਸਮੂਹ ਅਕਾਲੀ ਦਲ ਦਾ ਔਰ ਬਾਦਲ ਪਰਿਵਾਰ ਨੂੰ ਉਹ ਬੜੇ ਕਰੜੇ ਹੱਥੀਂ ਲੈਂਦੇ ਆ। ਉਹਨਾਂ ਦਾ ਜਿੱਤਣ ਦਾ ਟਰੈਕ ਰਿਕਾਰਡ ਜਿਹੜਾ ਵਾ ਬਹੁਤਾ ਚੰਗਾ ਤਾਂ ਨਹੀਂ ਆ, ਫਿਰ ਵੀ ਉਹਨਾਂ ਦਾ ਸਿਆਸੀ ਜਿਹੜਾ ਦਬਦਬਾ ਵਾ ਉਹ ਪੂਰਾ। ਇਸੇ ਕਰਕੇ ਕੁਝ ਮਹੀਨੇ ਪਹਿਲਾਂ ਜਦੋਂ ਆਪ ਜਿਹਨਾਂ 'ਚ ਜੁਆਇਨ ਕਰਨ ਦੀ ਗੱਲ ਚੱਲ ਰਹੀ ਸੀ, ਤਾਂ ਉਦੋਂ ਉਹਨਾਂ ਦਾ ਇੱਕ ਡਰੱਗ ਸਮਗਲਰਸ ਦੇ ਨਾਲ ਲਿੰਕ ਦੀ ਗੱਲ ਜਿਹੜੀ ਸੀ ਬਾਹਰ ਕੀਤੀ ਗਈ ਸੀ, ਬਾਅਦ 'ਚ ਸਾਬਤ ਹਾਲੇ ਤੱਕ ਨਹੀਂ ਹੋਈ। ਇਸੇ ਕਰਕੇ ਹੁਣ ਆਪ ਨੇ ਉਹਨਾਂ ਨੂੰ ਲੈ ਲਿਆ। ਇਸ ਕੋਈ ਸ਼ੱਕ ਨਹੀਂ ਕਿ ਸੁਖਪਾਲ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝ ਨਹੀਂ ਰਲਦੀ। ਸ਼ਾਇਦ ਇਹੋ ਹੀ ਕਾਰਨ ਬਣਿਆ ਕਿ ਇਸ ਵੇਲੇ ਉਹ ਪਾਰਟੀ ਛੱਡ ਕੇ ਬਾਹਰ ਆਏ, ਕਿਉਂਕਿ ਅਮਰਿੰਦਰ ਸਿੰਘ ਨੂੰ ਪਾਰਟੀ ਦਾ, ਕਾਂਗਰਸ ਦਾ ਪ੍ਰਧਾਨ ਬਣਾਇਆ ਉਹਨੂੰ। ਸ਼ਾਇਦ ਉਹਨਾਂ ਨੂੰ ਇਹ ਵੀ ਜਾਪਦਾ ਕਿ ਆਪ 'ਚ ਉਹਨਾਂ ਦਾ ਭਵਿੱਖ ਜ਼ਿਆਦਾ ਜ਼ਿਆਦਾ ਬਿਹਤਰ ਆ। ਕਾਂਗਰਸ ਦੇ ਵਿੱਚ ਜ਼ਿਆਦਾ ਜ਼ਿਆਦਾ ਇੱਕ ਟਿਕਟ ਮਿਲ ਜੂਗੀ, MLA ਬਣ ਜਾਣਗੇ। ਜੇ MLA ਬਣ ਵੀ ਗਏ ਤਾਂ ਸ਼ਾਇਦ ਜੇ ਪਾਰਟੀ ਜਿੱਤਦੀ ਹੈ ਤਾਂ ਸ਼ਾਇਦ ਮੰਤਰੀ ਵੀ ਨਹੀਂ ਬਣ ਸਕਣਗੇ। ਇਹ ਵੀ ਦੇਖਿਆ ਗਿਆ ਕਿ ਜਿਹੜੇ ਬਾਕੀ ਲੀਡਰ ਆਪ 'ਚ ਸ਼ਾਮਿਲ ਹੋ ਰਹੇ ਨੇ, ਉਹ ਜਾਂ ਤਾਂ ਉਹ ਨੇ ਜਿਹਨਾਂ ਨੂੰ ਕਾਂਗਰਸ ਜਾਂ ਅਕਾਲੀ ਦਲ ਦੀ ਟਿਕਟ ਅੱਗੇ ਨਹੀਂ ਦਿੱਤੀ ਗਈ, ਜਾਂ ਅਗਾਂਹ ਟਿਕਟ ਮਿਲਣ ਦੀ ਚਾਂਸਿਸ ਮੁਸ਼ਕਲ ਆ। ਇਹਨਾਂ 'ਚ ਉਹ ਲੀਡਰ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਟਿਕਟ ਦੀ ਭਾਲ 'ਚ 1 ਜਾਂ 2 ਵਾਰੀ ਪਾਰਟੀ ਅੱਗੇ ਹੀ ਬਦਲੀ ਆ। ਮੈਂ ਜਿਵੇਂ ਦੱਸਿਆ ਵੀ ਸੁਖਪਾਲ ਸਿੰਘ ਖਹਿਰਾ ਦੀ ਆਪਾਂ ਗੱਲ ਕਰ ਲਈ ਆ, ਇੱਕ ਹੋਰ ਲੀਡਰ ਜਿਹੜੇ ਆਪ 'ਚ ਆਏ ਆ ਸੀ ਡੀ ਸਿੰਘ ਕੰਬੋਜ। ਮੈਨੂੰ ਯਾਦ ਆ 1999 'ਚ ਉਹ ਬਤੌਰ BSP ਦੇ ਪ੍ਰਧਾਨ ਉਹਨਾਂ ਨੇ ਹੁਸ਼ਿਆਰਪੁਰ 'ਚੋਂ ਚੋਣ ਲੜੀ ਸੀ, ਉਹ ਚੋਣ ਹਾਰ ਗਏ ਸਨ। 2007 'ਚ ਉਹਨਾਂ ਚੋਣ ਕਾਂਗਰਸ ਦੀ ਟਿਕਟ 'ਤੇ ਲੋਹੀਆਂ ਤੋਂ ਲੜੀ ਸੀ, ਅਤੇ 2012 'ਚ ਸ਼ਾਹਕੋਟ ਤੋਂ। ਇਨਫੈਕਟ 2012 'ਚ ਜਿਹੜੀ ਲੋਹੀਆਂ ਸੀਟ ਹੈ ਉਹ ਸ਼ਾਹਕੋਟ ਬਣ ਗਈ ਸੀ। ਦੋਵੇਂ ਵਾਰੀ ਉਹ ਕਾਂਗਰਸ ਦੀ ਟਿਕਟ 'ਤੇ ਉਹਨਾਂ ਚੋਣ ਲੜੀ ਅਤੇ ਚੋਣ ਹਾਰ ਗਏ। ਦੇਖਣਾ ਇਹ ਹੋਊਗਾ ਕਿ ਉਹ ਆਪ ਦੀ ਟਿਕਟ 'ਤੇ ਆ ਕੀ ਚੋਣ ਜਿੱਤ ਸਕਦੇ ਆ ਜਾਂ ਨਹੀਂ। ਸੋ ਇਹ ਤਾਂ ਹੋ ਗਈ ਸੀ ਡੀ ਸਿੰਘ ਕੰਬੋਜ ਦੀ ਗੱਲ। ਇੱਕ ਹੋਰ ਲੀਡਰ ਨੇ ਜਗਤਾਰ ਸਿੰਘ ਰਾਜਲਾ, ਜਿਨ੍ਹਾਂ ਨੇ ਪਿਛਲੇ ਦਿਨੀ ਆਪ ਜੁਆਇਨ ਕੀਤੀ ਆ, ਪੁਰਾਣੇ ਅਕਾਲੀ ਲੀਡਰ ਆ। ਮੈਨੂੰ ਯਾਦ ਆ ਜਿਹੜੇ SGPC ਦੇ ਪ੍ਰਧਾਨ ਨੇ ਗੁਰਚਰਨ ਸਿੰਘ ਟੌਹਰਾ, ਉਹਨਾਂ ਦੇ ਬਹੁਤ ਨਜ਼ਦੀਕੀ ਹੁੰਦੇ ਸੀ। ਇਨਫੈਕਟ ਟੌਹਰਾ ਸਾਹਿਬ ਦੀ ਡੈਥ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਵਿੱਚ ਰਹੇ। 2000 ਮੇਰੇ ਖਿਆਲ 97 'ਚ ਉਹ MLA ਵੀ ਬਣੇ। 2007 ਦੇ ਵਿੱਚ ਉਹਨਾਂ ਨੂੰ ਟਿਕਟ ਅਕਾਲੀ ਦਲ ਦੀ ਨਹੀਂ ਦਿੱਤੀ ਗਈ। 2009 'ਚ ਫਿਰ ਮੈਨੂੰ ਯਾਦ ਆ 2 ਸਾਲ ਬਾਅਦ ਉਹ ਕਾਂਗਰਸ ਗਏ, ਅਤੇ 2012 ਦੀ ਚੋਣਾਂ ਦੇ ਵਿੱਚ ਉਹਨਾਂ ਨੂੰ ਪੂਰੀ ਉਮੀਦ ਸੀ ਵੀ ਸਮਾਣਾ ਤੋਂ ਟਿਕਟ ਮਿਲ ਜੂ,
ਪਰ ਉਹ ਟਿਕਟ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਿੰਦਰ ਸਿੰਘ ਨੂੰ ਮਿਲ ਗਈ। ਸੋ ਇਹਨਾਂ ਨੂੰ ਟਿਕਟ ਫਿਰ ਨਹੀਂ ਮਿਲੀ। ਹੁਣ ਵੀ ਸ਼ਾਇਦ ਉਹਨਾਂ ਨੂੰ ਜਪਦਾ ਕਿ ਸਮਾਣਾ ਤੋਂ ਕਾਂਗਰਸ ਦੀ ਟਿਕਟ ਉਹਨਾਂ ਨੂੰ ਮਿਲਣੀ ਮੁਸ਼ਕਲ ਹੈ। ਇੱਕ ਹੋਰ ਲੀਡਰ ਜਿਹੜੇ ਪਿੱਛੇ ਜੇ ਆਪ 'ਚ ਗਏ ਆ ਰਾਜਵਿੰਦਰ ਸਿੰਘ, ਨੌਜਵਾਨ ਨੇਤਾ ਵਾ, ਯੂਥ ਅਕਾਲੀ ਦਲ ਦੇ ਇਸ ਵੇਲੇ ਸ਼ਾਇਦ ਮੀਤ ਪ੍ਰਧਾਨ ਹੈ, ਵਾਈਸ ਪ੍ਰੈਜੀਡੈਂਟ ਹੈ। ਤਿੰਨ ਵਾਰੀ ਉਹਨਾਂ ਦੇ ਫਾਦਰ ਜਿਹੜੇ ਆ ਐੱਮ ਐੱਲ ਏ ਰਹਿ ਚੁੱਕੇ, ਸੀਤਲ ਸਿੰਘ, ਇਹ ਰਿਜ਼ਰਵ ਸੀਟ ਦੇ ਉੱਤੋਂ ਤਿੰਨ ਵਾਰੀ ਉਹ ਐੱਮ ਐੱਲ ਏ ਰਹਿ ਚੁੱਕੇ ਆ। ਅਤੇ ਇੱਕ ਬਹੁਤ ਵੱਡੇ ਅਕਾਲੀ ਲੀਡਰ ਹੈ ਗੁਰਦੇਵ ਸਿੰਘ ਬਾਦਲ, ਜਿਹਦੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਰਹੇ ਆ, ਉਹਨਾਂ ਦੇ ਦੋਹਤਾ ਨੇ। ਗੁਰਦੇਵ ਬਾਦਲ ਕਿਸੇ ਵੇਲੇ ਮੇਰਾ ਖਿਆਲ ਹੈ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਸਨ, ਮੇਰੇ ਖਿਆਲ ਮੰਤਰੀ ਵੀ ਰਹੇ ਆ, ਐਗਰੀਕਲਚਰ ਮਿਨਿਸਟਰੀ ਵੀ ਰਹੇ, ਮੈਨੂੰ ਯਾਦ ਹੈ। 2012 ਚੋਣਾਂ 'ਚ ਧਰਮਕੋਟ ਜਿਹੜੀ ਸੀਟ ਹੈ ਇਹ ਰਾਖਵੀਂ ਤੋਂ ਜਨਰਲ ਹੋ ਗਈ, ਸੋ ਇੱਥੋਂ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਤੋਤਾ ਸਿੰਘ ਨੂੰ ਇੱਥੋਂ ਚੋਣ ਲੜਾਈ ਗਈ। ਜ਼ਾਹਿਰ ਹੈ ਕਿ ਰਾਜਵਿੰਦਰ ਸਿੰਘ ਨੂੰ ਖਦਸ਼ਾ ਸੀ ਕਿ ਉਸ ਨੂੰ ਅਤੇ ਉਸਦੇ ਪਿਤਾ ਨੂੰ ਅਕਾਲੀ ਦਲ ਚੋਣ ਨਾ ਲੜਵਾਏ, ਸੋ ਉਹਨਾਂ ਨੂੰ ਵਾਸਤੇ ਕੋਈ ਸੀਟ ਮੈਨੂੰ ਲੱਗਦਾ ਲੱਭਦੀ ਨਹੀਂ ਸੀ, ਜਾਂ ਉਹਨੂੰ ਲੱਗਦਾ ਸੀ ਕਿ ਇਹ ਸ਼ਾਇਦ ਸਾਨੂੰ ਸੀਟ ਨਹੀਂ ਮਿਲਣੀ। ਹੁਣ ਦੇਖਣਾ ਹੋਊਗਾ ਕਿ ਉਹ ਹੁਣ ਚੋਣ ਜਿਹੜੀ ਆ ਅਗਲੀ ਚੋਣ 2017 ਦੀ ਇਹ ਕਿੱਥੋਂ ਲੜਦੇ ਆ। ਹੁਣ ਆਪ ਦੀ ਟਿਕਟ 'ਤੇ ਓਬਵੀਅਸਲੀ ਰਾਜਵਿੰਦਰ ਸਿੰਘ ਲੜਨਗੇ। ਇਹ ਸਾਰਾ ਜਿਹੜਾ ਬੈਕਗਰਾਊਂਡ ਮੈਂ ਤੁਹਾਨੂੰ ਇਸ ਕਰਕੇ ਦਿੱਤਾ ਕਿ ਇਹ ਪਤਾ ਲੱਗ ਸਕੇ ਕਿ ਇਹਨਾਂ ਸਾਰਿਆਂ ਦਾ ਆਪ ਜੁਆਇਨ ਕਰਨ ਦਾ ਮਨਸ਼ਾ ਕੀ ਸੀ। ਸੋ ਸਵਾਲ ਇਹ ਉੱਠਦਾ ਹੈ ਕਿ ਇਸ ਨਾਲ ਆਪ ਜਿਹੜਾ ਵਾ ਆਪ ਪਾਰਟੀ ਨੂੰ ਇਹਦਾ ਫਾਇਦਾ ਹੋਊ ਜਾਂ ਇਹਦਾ ਨੁਕਸਾਨ ਹੋਊ, ਇੱਥੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹਾਂਗੇ। ਆਪ ਫੈਮਿਲੀ ਗਰੋਹ ਤਾਂ ਕਰ ਰਹੀ ਹੈ ਪਰ ਕੀ ਇਹ ਬਿਹਤਰੀ ਵਾਸਤੇ ਗਰੋਹ ਕਰ ਰਹੀ ਹੈ, ਤੁਹਾਡੇ ਵਿਚਾਰ ਵੀ ਜਾਣਦੇ ਆ। ਹੈਲੋ, ਹੈਲੋ, ਹਾਂਜੀ, ਗੁੱਡ ਮਾਰਨਿੰਗ ਸਰ, ਅਨੁਰਾਗ। ਹਾਂਜੀ ਅਨੁਰਾਗ, ਗੁੱਡ ਮਾਰਨਿੰਗ। ਹਾਂਜੀ ਸਰ, ਅੱਛੀ ਭੂਮਿਕਾ ਬੰਨੀ ਤੁਸੀਂ ਜੀ। ਇਹ ਤਾਂ ਜਿਵੇਂ ਹਰ ਵਾਰ ਹੁੰਦਾ ਹੀ ਹੁੰਦਾ, ਜਿਵੇਂ ਇਲੈਕਸ਼ਨ ਆਉਂਦੇ ਹੈ ਤਾਂ ਕੁਝ ਲੋਕ ਜਿਹੜੇ ਹੈ ਜਿਹਨੂੰ ਲੱਗਦਾ ਜੀ ਕਿ ਇਹ ਪਾਰਟੀ ਜਿੱਤੇਗੀ ਉੱਧਰ ਮੂਵ ਕਰਦੀ ਕਰਦੇ ਹੈ ਜੀ, ਤੇ ਉਹਨਾਂ ਚੋਂ ਕੁਝ ਲੋਕ ਇਸ ਤਰ੍ਹਾਂ ਦੇ ਜਿਹੜੇ ਸੋਚਦੇ ਸਰ ਟਿਕਟ ਮਿਲੇਗੀ ਤੇ ਜਿੱਤਾਂਗੇ ਜੀ, ਤੇ ਕੁਝ ਇਹੋ ਜਿਹੇ ਬੰਦੇ ਜਿਹਨੂੰ ਪਤਾ ਦੂਜੀ ਵਾਰ ਸਾਨੂੰ ਟਿਕਟ ਮਿਲਣੀ ਨਹੀਂ ਹੈ ਤੇ ਇਸ ਕਰਕੇ ਮੂਵ ਕਰਦੇ ਨੇ ਜੀ। ਤੇ ਹੁਣ ਜਿਹੜਾ ਤੁਹਾਡਾ ਸਵਾਲ ਲੱਗਦਾ ਪਾਰਟੀ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਜੀ, ਇਸ ਸਵਾਲ ਦਾ ਜਿਹੜਾ ਆਨਸਰ ਤਾਂ ਜਿਹੜਾ ਹੈ ਐਕਚੁਅਲੀ ਇੱਕ ਸਾਲ ਬਾਅਦ ਸਾਨੂੰ ਮਿਲੇਗਾ, ਲੇਕਿਨ ਇਹ ਡਿਪੈਂਡ ਕਰੇਗਾ ਕਿ ਜਿਹੜੇ ਬੰਦੇ ਉਸ ਪਾਰਟੀ 'ਚ ਜਾਂਦੇ ਹੈ ਪਾਰਟੀ ਉਹਨਾਂ ਨੂੰ ਕਿੱਦਾਂ ਅਕੋਮੋਡੇਟ ਕਰਦੀ ਹੈ ਤੇ ਉਹ ਬੰਦੇ ਕਿਸ ਟਰਮਸ ਐਂਡ ਕੰਡੀਸ਼ਨਸ ਤੇ ਪਾਰਟੀ 'ਚ ਜਾਂਦੇ ਹੈ। ਰਾਈਟ, ਜੇਕਰ ਤਾਂ ਉਹ ਬੰਦੇ ਇਹੀ ਸੋਚ ਕੇ ਜਾਂਦੇ ਹੈ, ਪਹਿਲੇ ਕੰਡੀਸ਼ਨ ਇਹੀ ਰੱਖਦੇ ਹੈ ਕਿ ਸਾਨੂੰ ਇੱਕ ਸੀਟ ਮਿਲੇਗੀ, ਸਾਨੂੰ ਐਮ ਐਲ ਏ ਵਜੋਂ ਖੜਾਇਆ ਜਾਊਗਾ, ਤਾਂ ਓਬਵੀਅਸਲੀ ਦਾ ਮਤਲਬ ਕਿ ਉਹ ਬਾਰਗੇਨਿੰਗ ਕਰਕੇ ਉੱਥੇ ਆ ਰਹੇ ਹੈ, ਤਾਂ ਉਸ ਕੇਸ ਦੇ ਵਿੱਚ ਤਾਂ ਫਿਰ ਪਾਰਟੀ ਦਾ ਕੋਈ ਇੰਨਾ ਫਾਇਦਾ ਨਹੀਂ ਹੈ, ਨੁਕਸਾਨ ਜ਼ਿਆਦਾ ਹੋ ਸਕਦਾ। ਅਨੁਰਾਗ, ਮੈਂ ਤੁਹਾਨੂੰ ਕੱਟ ਰਿਹਾ, ਮੇਰਾ ਖਿਆਲ ਆ ਆਮ ਆਦਮੀ ਪਾਰਟੀ ਕਿਸੇ ਨੂੰ ਕੋਈ ਇੰਸ਼ੋਰੈਂਸ ਨਹੀਂ ਦੇ ਰਹੀ, ਉਹ ਕਹਿ ਰਹੀ ਆ ਵੀ ਤੁਸੀਂ ਬਿਨਾਂ ਕਿਸੇ ਇੰਸ਼ੋਰੈਂਸ ਦੇ, ਬਿਨਾਂ ਕਿਸੇ ਸ਼ਰਤ ਦੇ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ, ਸੋ ਔਨ ਦੀ ਫੇਸ ਆਫ ਇਟ ਤੇ ਉਹ ਕਿਸੇ ਬਿਨਾਂ ਸ਼ਰਤ ਦੇ ਜੁਆਇਨ ਕਰ ਰਹੇ ਆ। ਓਪਨਲੀ ਕੋਈ ਪਾਰਟੀ ਨਹੀਂ ਕਹਿੰਦੀ ਕਿ ਅਸੀਂ ਤੁਹਾਨੂੰ ਇਸ ਚੀਜ਼ ਵਾਸਤੇ ਖੜਾਵਾਂਗੇ ਜੀ, ਅੰਦਰ ਖਾਤਰ ਦੀ ਕੀ ਗੱਲ ਹੁੰਦੀ ਹੈ ਇਹੀ ਜਾਣਦੇ ਆ ਆਪਸ ਵਿੱਚ ਕੀ ਹੈ ਕੀ ਨਹੀਂ ਹੈ, ਪਰ ਔਨ ਦਾ ਫੇਸ ਵੈਲਿਊ ਜੇਕਰ ਅਸੀਂ ਉਹਨੂੰ ਲੈ ਲਈਏ ਜੀ, ਤੇ ਉਸ ਤੋਂ ਬਾਅਦ ਆਈ ਥਿੰਕ ਬਹੁਤ ਜ਼ਿਆਦਾ ਡਿਪੈਂਡ ਕਰੇਗਾ ਕਿ ਜਿੰਨੇ 117 ਤੇ 117 ਬੰਦੇ ਖੜੇ ਕਰਦੇ ਹੈ, ਜੇਕਰ ਉਹ ਬੰਦੇ ਚੰਗੇ ਹੈ, ਚੰਗੇ ਮੋਰਲ ਕਰੈਕਟਰ ਦੇ ਹੈ, ਇਰਰਿਸਪੈਕਟਿਵ ਆਫ ਕਿ ਕਿੱਥੋਂ ਆਏ ਹੈ ਕਿੱਥੋਂ ਨਹੀਂ ਆਏ ਜੀ, ਤਾਂ ਫਿਰ ਉਹ ਪਾਰਟੀ ਵਾਸਤੇ ਚੰਗੇ ਹੋਣਗੇ, ਲੇਕਿਨ ਜੇਕਰ ਪਾਰਟੀ ਦਾਗੀ ਬੰਦੇ ਨੂੰ ਖੜੇ ਕਰ ਦਿੰਦੀ ਹੈ ਤਾਂ ਉਹਨਾਂ ਦਾ ਸਾਨੂੰ ਨੁਕਸਾਨ ਹੋਏਗਾ, ਤਾਂ ਫਾਇਦਾ ਨਹੀਂ। ਨਹੀਂ, ਪਰ ਇਹਦੇ 'ਚ ਅਨੁਰਾਗ ਇਸ਼ੂ ਇਹ ਵੀ ਬਣਦਾ ਨਾ ਵੀ ਦਾਗੀ ਕੌਣ ਆ, ਜਿਹੜਾ 2 ਵਾਰੀ ਪਾਰਟੀ ਬਦਲ ਕੇ ਆਇਆ ਵਾ ਉਹਨੂੰ ਆਪਾਂ ਦਾਗੀ ਕਹਾਂਗੇ ਕਿ ਠੀਕ ਹੈ ਕੋਈ ਗੱਲ ਨਹੀਂ। ਸਰ ਦਾਗੀ ਤਾਂ ਆਪਾਂ ਇੱਦਾਂ ਨਹੀਂ ਕਹਿ ਸਕਦੇ, ਹੁਣ ਜਿਵੇਂ ਅਸੀਂ ਇੱਕ ਐਗਜ਼ਾਮਪਲ ਸਿੰਪਲ ਲਈਏ ਕਿ ਜੇਕਰ ਅੱਜ ਤੋਂ ਪਹਿਲਾਂ ਪਾਰਟੀਆਂ 2 ਸੀਗੀਆਂ 3 ਸੀਗੀਆਂ ਉਹਨਾਂ ਕੋਲ ਆਪਸ਼ਨ ਹੀ ਨਹੀਂ ਸੀ, ਲੇਕਿਨ ਜੇਕਰ ਉਸ ਪਾਰਟੀ 'ਚ ਰਹਿਣ ਦੇ ਬਾਵਜੂਦ ਵੀ ਜੇ ਉਹਨਾਂ ਦੇ ਉੱਤੇ ਇਹੋ ਜਿਹਾ ਕੋਈ ਦਾਗ ਨਹੀਂ ਲੱਗਦਾ ਤਾਂ ਤਾਂ ਫਿਰ ਆਪਾਂ ਦਾਗੀ ਨਹੀਂ ਕਹਿ ਸਕਦੇ, ਜਿਵੇਂ ਕਿਸੇ ਕਰਪਸ਼ਨ ਚਾਰਜ ਨਹੀਂ ਹੈ ਕਿਸੇ ਦੇ, ਹੁਣ ਜਿਵੇਂ ਕਹਿ ਦਿੰਦੇ ਕ੍ਰਿਮੀਨਲ ਚਾਰਜਿਸ ਹੈ, ਹੁਣ ਕ੍ਰਿਮੀਨਲ ਚਾਰਜਿਸ ਤਾਂ ਉਹ ਕਹਿੰਦੇ ਵੀ ਜੇ ਅਸੀਂ ਪ੍ਰੋਟੈਸਟ ਕਰ ਰਹੇ ਤੁਹਾਨੂੰ 144 ਲਾਤੀ ਤੇ ਤੁਹਾਨੂੰ ਕਹਿ ਰਹੇ ਅਸੀਂ ਕ੍ਰਿਮੀਨਲ ਹੈ, ਲੇਕਿਨ ਉਹ ਕ੍ਰਿਮੀਨਲ ਨਹੀਂ ਹੈ, ਪਰ ਜੇ ਕਿਸੇ ਦੇ ਉੱਪਰ ਰੇਪ ਦਾ ਚਾਰਜਿਸ ਹੈ ਜਾਂ ਕਿਸੇ ਮਰਡਰ ਦਾ ਚਾਰਜ ਲੱਗਿਆ ਹੋਇਆ ਤਾਂ ਓਬਵੀਅਸਲੀ ਫਿਰ ਉਹ ਕ੍ਰਿਮੀਨਲ ਹੈ, ਤਾਂ ਆਈ ਥਿੰਕ ਇਹ ਬਹੁਤ ਸਬਜੈਕਟਿਵ ਜਿਹੀ ਚੀਜ਼ ਹੈ, ਇੰਨਾ ਓਬਜੈਕਟਿਵ ਨਹੀਂ ਹੈ ਆਈ ਫੀਲ ਸੋ। ਨਹੀਂ, ਪਰ ਉਹਦੇ 'ਚ ਫਿਰ ਵਿਚਾਰਧਾਰਾ ਕਿੱਧਰ ਗਈ ਫਿਰ, ਆਫਟਰ ਆਲ ਹਰ ਪਾਰਟੀ ਦੀ ਆਪਣੀ ਆਈਡੀਓਲੋਜੀ ਹੁੰਦੀ ਆ, ਜੇ ਅਕਾਲੀ ਦਲ ਜਾਂ ਕਾਂਗਰਸ 'ਚੋਂ ਅੱਜ ਆਪ 'ਚ ਆ ਜਾਂਦੇ ਆ ਤਾਂ ਫਿਰ ਫਰਕ ਹੀ ਹੈ ਇਹਨਾਂ ਇਹਨਾਂ ਆਈਡੀਓਲੋਜੀਜ਼ ਦਾ? ਆਈਡੀਓਲੋਜੀ ਤਾਂ ਕੋਈ ਨਹੀਂ ਹੈ ਸਰ, ਆਈਡੀਓਲੋਜੀ ਤਾਂ ਕੋਈ ਨਹੀਂ, ਆਈਡੀਓਲੋਜੀ ਨਹੀਂ ਹੈ, ਇਹ ਤਾਂ ਸਿਰਫ ਮੌਕਾ ਦੇਖਣ ਵਾਲੀ ਗੱਲ ਹੈ। ਸੋ ਇਹ ਤਾਂ ਓਪਰਚੁਨਿਜ਼ਮ ਹੋ ਗਈ ਨਾ, ਮੌਕਾ ਪ੍ਰਸਤੀ ਹੋ ਗਈ ਫਿਰ। ਬਿਲਕੁਲ ਬਿਲਕੁਲ ਜੀ, ਬਹੁਤ ਮਿਹਰਬਾਨੀ ਅਨੁਰਾਗ, ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁਵਿਧਾ ਜੀ। ਦੇਖੋ ਜੀ, ਮੈਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ
ਬਹੁਤ ਸਾਰੇ ਸੂਝਵਾਨ ਲੋਕ ਬੈਠੇ ਹੈ ਜੀ, ਕਿ ਜਿਨ੍ਹਾਂ ਦੀ ਬਦੌਲਤ ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਲੜਾਈ ਲੜਕੇ ਔਰ ਇੰਨੀ ਕਾਮਯਾਬੀ ਹਾਸਲ ਕੀਤੀ ਜਿਹਦੀ ਕਿ ਅੱਜ ਕੱਲ੍ਹ ਐਗਜ਼ਾਮਪਲ ਕਿਤੇ ਹੋਰ ਨਹੀਂ ਮਿਲਦੀ ਜੀ। ਉਹਨਾਂ ਨੇ ਬੜੀ ਇੱਕ ਪਾਰਟੀ ਨੂੰ ਔਰ ਜਿਹਦਾ ਪੂਰਾ ਦਬਦਬਾ ਸੀ, ਮੋਦੀ ਵਰਗਿਆਂ ਨੇ ਰੈਲੀਆਂ ਕੀਤੀਆਂ, ਉਹਨਾਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ ਜੀ, ਤੇ ਉਹਨਾਂ ਨੂੰ ਸਲਾਹ ਦੇਣੀ ਤਾਂ ਮੇਰੇ ਵਰਗੇ ਵਾਸਤੇ ਮੁਸ਼ਕਲ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਅਕਲਮੰਦ ਅਤੇ ਪੜ੍ਹੇ ਲਿਖੇ ਲੋਕ ਹੈ, ਹਰ ਤਰ੍ਹਾਂ ਵਾਕਫ ਹੈ। ਪਰ ਫਿਰ ਵੀ ਅਗਰ ਤੁਸੀਂ ਇੱਕ ਟੋਪਿਕ ਲਿਆ ਤੇ ਉਸ ਪਰਿਵਾਰ ਨੂੰ ਤਾਂ ਹੀ ਫਾਇਦਾ ਹੋਊਗਾ, ਪਹਿਲਾਂ ਜਿਹੜੇ ਬੰਦੇ ਉਹਨਾਂ ਵਿੱਚ ਆ ਰਹੇ ਆ ਉਹਨਾਂ ਦੀ ਮਨਸ਼ਾ ਕੀ ਆ, ਅਗਰ ਤਾਂ ਉਹ ਆਉਂਦੇ ਆ ਲੋਕ ਸੇਵਾ ਵਾਸਤੇ, ਲੋਕਾਂ ਦੀ ਸੇਵਾ ਵਾਸਤੇ, ਤੇ ਫਿਰ ਤੇ ਹੋਰ ਗੱਲ ਹੈ। ਅਗਰ ਉਹਨਾਂ ਦੇ ਅੰਦਰ ਛੁਪਿਆ ਰਾਜ ਇਹ ਹੈ ਕਿ ਮੈਨੂੰ ਇੱਧਰ ਕੁਰਸੀ ਮਿਲ ਜਾਊਗੀ ਤੇ ਇਹਦੇ ਨਾਲ ਫਿਰ ਉਹਨਾਂ ਦਾ ਪਾਰਟੀ ਦਾ ਨੁਕਸਾਨ ਵੀ ਹੋਊਗਾ, ਕਿਉਂਕਿ ਜਿਹੜੇ ਉਹਨਾਂ ਨਾਲ ਪਹਿਲਾਂ ਤੋਂ ਮਿਲੇ ਹੈਗੇ ਆ ਲੋਕ, ਜਿਹੜਾ ਇਸ ਵੇਲੇ ਹਾਜ਼ਰ ਉਹਨਾਂ ਦੇ ਵਿੱਚ, ਉਹ ਆ ਕੇ ਨਵੇਂ ਆਦਮੀਆਂ ਨੂੰ ਪਸੰਦ ਨਹੀਂ ਕਰਨਗੇ ਤਾਂ ਫਿਰ ਉਹਨਾਂ ਦੀ ਬਗਾਵਤ ਵੀ ਕਰਨਗੇ ਉਹ, ਕਿਉਂਕਿ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਕਹਿਣਗੇ ਜਗ੍ਹਾ ਦੇ ਦਿੱਤੀ ਅਸੀਂ, ਸਾਨੂੰ ਛੱਡ ਦਿੱਤਾ। ਅਤੇ ਜ਼ਰੂਰੀ ਹੈ ਵੀ ਉਹਨਾਂ ਲੋਕਾਂ ਦੀ ਪਛਾਣ ਕਰਨੀ, ਬਾਕੀ ਪਾਰਟੀਆਂ ਤਾਂ ਛੱਡਦੇ ਰਹਿੰਦੇ ਆ, ਲੋਕ ਆਉਂਦੇ ਜਾਂਦੇ ਆ ਜਾਂਦੇ ਰਹਿੰਦੇ ਆ, ਪਰ ਇਹ ਸਰੀਰ ਜ਼ਰੂਰ ਹੋਣੀ ਚਾਹੀਦੀ ਕਿ ਉਹ ਬੇਦਾਗ ਹੋਣ ਔਰ ਸੇਵਾ ਕਰਨ ਵਾਲੇ ਹੋਣ, ਤਾਂ ਫਾਇਦਾ ਹੋਊਗਾ, ਵਰਨਾ ਫਿਰ ਨੁਕਸਾਨ ਵੀ ਹੋ ਸਕਦਾ। ਬਾਕੀ ਭਾਈ ਸਾਹਿਬ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ, ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਭਾਈ ਸਾਹਿਬ ਨੇ ਧਰਮੀ ਫੌਜੀਆਂ ਬਾਰੇ ਗੱਲ ਕੀਤੀ ਸੀ, ਮੇਰਾ ਲਿੰਕ ਉਹਨਾਂ ਦੇ ਨਾਲ ਹੈ, ਮੈਂ ਇੱਕ ਉਸ ਬਟਾਲੀਅਨ ਤੋਂ ਤਾਲਕ ਰੱਖਦਾ ਸੀ ਜਿਹੜੀ ਜੰਮੂ ਦੇ ਵਿੱਚੋਂ ਗੁੱਸੇ 'ਚ ਆ ਕੇ ਆਪਣੀਆਂ ਬੈਰਕਾਂ ਛੱਡ ਗਈ ਸੀ, ਉਸ ਦੀ ਵਜ੍ਹਾ ਨਾਲ ਸਾਨੂੰ 2 ਸਾਲ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ, ਜੋ ਸਾਡੇ ਨਾਲ ਬੀਤੀ ਜਾਂ ਤਾਂ ਅਸੀਂ ਜਾਣਦੇ ਹਾਂ ਜਾਂ ਫਿਰ ਗੁਰੂ ਸਾਹਿਬ ਜਾਣਦਾ ਆ ਜੀ, ਪਰ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ, ਨਾ ਅਕਾਲੀਆਂ ਨੇ ਨਾ ਕਾਂਗਰਸ ਨੇ, ਤਾਂ ਕਰਨੀ ਕੀ ਸੀ ਕਮੇਟੀ ਵਗੈਰਾ ਨੇ, ਉਲਟਾ ਇੱਕ ਜਨਰਲ ਸੀਗਾ ਟੀ ਐਸ ਉਬਰਾਏ ਸਦਨ ਕਮਾਂਡ ਦਾ, ਉਹਨੇ ਇਹ ਬਿਆਨ ਦੇ ਦਿੱਤਾ ਸੀ ਇਹਨਾਂ ਨੂੰ ਸ਼ਹਿਰਾਂ ਦੇ ਚੌਂਕਾਂ ਵਿੱਚ ਖੜੇ ਕਰਕੇ ਗੋਲੀਆਂ ਮਾਰੋ ਤਾਂ ਕਿ ਹੋਰ ਲੋਕ ਇੱਦਾਂ ਦੇ ਕੰਮ ਕਰਨ, ਮਦਦ ਤਾਂ ਕੀ ਕਰਨੀ, ਉਲਟਾ ਸਾਡੇ 'ਤੇ ਉਹਨਾਂ ਨੇ ਲਾਇਆ। ਬਾਕੀ ਮੈਂ ਉਸ ਭਰਾ ਦਾ ਇੰਨਾ ਸ਼ੋਰ ਗੁਜ਼ਾਰ ਹੈ, ਅਤੇ ਬਾਕੀ ਦੇ ਵੀ ਲੋਕ ਜਿਹੜੇ ਫੌਜੀਆਂ ਬਾਰੇ ਚਾਹੇ ਸਾਬਕਾ ਸੈਨਿਕਾਂ ਦਾ ਜੋ ਕੁਝ ਦਿੱਲੀ ਹੋਇਆ ਆਪਣੀ ਹਮਦਰਦੀ ਰੱਖਦੇ ਆ, ਚਾਹੇ ਉਹ ਕੁਛ ਵੀ ਸਾਡੇ ਲਈ ਕਰਨ ਜੋਗੇ ਨਾ ਹੋਣ, ਪਰ ਉਹਨਾਂ ਦੀ ਹਮਦਰਦੀ ਸਾਡੇ ਵਾਸਤੇ ਇੱਕ ਬਹੁਤ ਵੱਡਾ ਜਾਣੀ ਇਨਾਮ ਹੈ ਸਾਡੇ ਵਾਸਤੇ, ਉਹਨਾਂ 'ਤੇ ਬਹੁਤ ਮਿਹਰਬਾਨੀ, ਮੈਂ ਸਾਰੇ ਉਹਨਾਂ ਲੋਕਾਂ ਦਾ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਦੇ ਦਿਲ ਦੇ ਵਿੱਚ ਹਮਦਰਦੀ ਹੈ। ਮਿਹਰਬਾਨੀ ਸੁਬਦਾਰ ਜੀ, ਸਾਨੂੰ ਸਾਰਿਆਂ ਨੂੰ ਉਹਨਾਂ ਸਾਰਿਆਂ ਦੇ ਨਾਲ ਬਹੁਤ ਹਮਦਰਦੀ, ਤੁਹਾਡੇ ਸਾਰਿਆਂ ਨਾਲ ਬਹੁਤ ਹਮਦਰਦੀ ਆ। ਫੌਜੀ ਜਿਹੜੇ ਬਹੁਤ ਸੇਵਾ ਕਰਦੇ ਆ, ਕਈ ਵਾਰ ਭਾਵੁਕ ਹੋ ਕੇ ਜਦੋਂ ਕੋਈ ਫੈਸਲਾ ਲੈਂਦੇ ਆ ਉਹਨੂੰ ਸਮਝਣ ਦੀ ਲੋੜ ਆ, ਔਰ ਇਹੋ ਹੀ ਸ਼ਾਇਦ ਉਦੋਂ 1984 ਦੇ ਵਿੱਚ ਸਮਝਿਆ ਨਹੀਂ ਗਿਆ, ਔਰ ਇਸੇ ਕਰਕੇ ਇੰਨੀ ਵੱਡੀ ਦਿੱਕਤ ਇੰਨੇ ਵੱਡੇ ਲੈਵਲ 'ਤੇ ਹੋਈ। ਹੁਣ ਵੀ ਮੇਰੇ ਖਿਆਲ ਉਹਨਾਂ ਦੇ ਪਰਿਵਾਰਾਂ ਦਾ, ਮੇਰੇ ਖਿਆਲ ਮੈਂ ਜਿਵੇਂ ਕੱਲ੍ਹ ਵੀ ਕਿਹਾ ਸੀ ਵੀ ਉਹਨਾਂ ਦੀ ਇੱਕ ਸਰਵੇ ਕਰਕੇ ਪਤਾ ਕਰਨਾ ਚਾਹੀਦਾ ਵੀ ਇਸ ਵੇਲੇ ਪਰਿਵਾਰ ਜਿਹੜੇ ਆ ਉਹ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ, ਔਰ ਉਹਨਾਂ ਨੂੰ ਜੇ ਮਦਦ ਦੀ ਲੋੜ ਆ, ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੈ, ਬੱਚਿਆਂ ਦੀ ਪੜ੍ਹਾਈ ਦੀ ਮਦਦ ਦੀ ਲੋੜ ਹੈ, ਕੋਈ ਆਰਥਿਕ ਮਦਦ ਦੀ ਲੋੜ ਹੈ, ਉਹ ਡੈਫੀਨੇਟਲੀ ਸਰਕਾਰਾਂ ਨੂੰ ਕਰਨੀ ਚਾਹੀਦੀ, ਜੇ ਸਰਕਾਰਾਂ ਕੋਲ ਪੈਸੇ ਹੈ ਨਹੀਂ ਤਾਂ ਸਮਾਜ ਨੂੰ ਕਰਨੀ ਚਾਹੀਦੀ ਹੈ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸ਼ੇਰਗਿੱਲ ਬੋਲਦਾ ਲੋਸ ਏਂਜਲਸ ਤੋਂ। ਹਾਂਜੀ ਸ਼ੇਰਗਿੱਲ ਜੀ, ਜੀ ਮੈਂ ਤਾਂ ਇਹ ਕਹੂੰਗਾ ਸੰਧੂ ਸਾਹਿਬ, ਆਪਾਂ 60 ਸਾਲ ਦੀ ਆਜ਼ਾਦੀ ਮਿਲੇ ਨੂੰ ਦੋਨੇ ਪਾਰਟੀਆਂ ਪਰਖ ਲਿਆ, ਦੋਨੇ ਜਿਹੜੀਆਂ ਮੇਜਰ ਪਾਰਟੀਆਂ ਜੀ ਉਹਨਾਂ ਨੂੰ ਪਰਖ ਲਿਆ ਵੀ ਉਹ ਲੋਕ ਪੱਕੀ ਨੂੰ ਵੋਟੀਆਂ ਹੋਣ ਜੀ, ਸਵਾਗਤ ਹੈ ਜੀ, ਦੱਸੋ ਕੀ ਵਿਚਾਰ ਨੇ ਤੁਹਾਡੇ, ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਮਾਨ ਸਾਹਿਬ। ਸੰਧੂ ਸਾਹਿਬ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਬਾਰੇ ਹੁਣ ਤੱਕ ਜਿਹੜੇ ਆਮ ਲੋਕਾਂ ਦੇ ਵਿੱਚ ਇਹ ਸੈਂਸ ਬਣੀ ਹੋਈ ਸੀ ਕਿ ਇਹਨਾਂ ਦੇ ਕੋਲ ਲੀਡਰ ਨਹੀਂ ਹੈਗੇ, ਇਹਨਾਂ ਦੇ ਕੋਲ MLA ਬਣਨ ਵਾਲੇ ਲੋਕ ਨਹੀਂ ਹੈਗੇ, ਇਹਨਾਂ ਕੋਲ ਉਹ ਫੇਸ ਨਹੀਂ ਹੈਗੇ ਜਿਹਨਾਂ ਨੂੰ ਲੋਕ ਸਮਝਦੇ ਹੋਣ ਵੀ ਸਾਡੇ ਨੇਤਾ ਨੇ। ਮੈਨੂੰ ਲੱਗਦੀ ਹੈ ਦੂਸਰੀਆਂ ਪਾਰਟੀਆਂ ਤੋਂ ਜਿਹੜੇ ਬੇਦਾਗ ਲੋਕ ਨੇ, ਜਿਹਨਾਂ ਦੇ ਉੱਪਰ ਕੋਈ ਮੁਕੱਦਮਾ ਦਰਜ ਨਹੀਂ, ਜਿਹਨਾਂ ਨੇ ਕੋਈ ਭੈੜਾ ਕੰਮ ਨਹੀਂ ਕੀਤਾ, ਕੋਈ ਕਰਪਸ਼ਨ ਦਾ ਕੰਮ ਨਹੀਂ ਕੀਤਾ, ਕੋਈ ਉਹੋ ਜਿਹੇ ਚਾਰਜਸ ਨਹੀਂ ਲੱਗੇ, ਉਹ ਲੋਕ ਜਿਹੜੇ ਹੈਗੇ ਆ, ਮੇਰਾ ਖਿਆਲ ਹੈ ਜੇ ਕਾਫੀ ਲੋਕ ਜਿਹੜੇ ਹੈਗੇ ਆ ਉਹ ਆਉਣਗੇ ਇਹਨਾਂ ਦੇ ਵਿੱਚ।
ਦਿਨ ਬ ਦਿਨ ਆਮ ਆਦਮੀ ਪਾਰਟੀ ਦਾ ਕਾਫਲਾ ਜਿਹੜਾ ਹੈ ਵੱਧਦਾ ਜਾਊਗਾ। ਓਕੇ, ਜਦੋਂ ਇਹ ਰੀਜ਼ਨੇਬਲ ਇਹਨਾਂ ਦਾ ਪਲੇਟਫਾਰਮ ਬਣ ਗਿਆ, ਮੈਨੂੰ ਲੱਗਦੀ ਹੈ ਇਦੋਂ ਬਾਅਦ ਸਿਲੈਕਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਐਮ ਐਲ ਏਜ਼ ਵਾਸਤੇ ਇਹਨਾਂ ਨੇ ਜੂਨ ਜੁਲਾਈ ਦੇ ਨਜ਼ਦੀਕ ਜਾ ਕੇ ਕਰਨਾ ਹੈ ਜੀ। ਉਦੋਂ ਤੱਕ ਨੂੰ ਮੇਰਾ ਖਿਆਲ ਹੈ ਇਹ ਵੀ ਲਗਾਉਣਗੇ ਕਿ ਜਿਹੜੇ ਵਿਅਕਤੀ ਆਪਣੇ ਆਪ ਨੂੰ ਸੋਚਦੇ ਨੇ ਕਿ ਉਹ ਐਮ ਐਲ ਏ ਦੇ ਜਿਹੜੇ ਹੈਗੇ ਕੈਂਡੀਡੇਟ ਬਣਨਾ ਚਾਹੁੰਦੇ ਨੇ, ਅਸੀਂ ਉਹਨਾਂ ਦੀ ਕਾਰਗੁਜ਼ਾਰੀ ਵੇਖਣਾ ਚਾਹੁੰਦੇ ਹਾਂ ਆਪਣੇ ਹਲਕੇ ਦੇ ਵਿੱਚ। ਇਹ ਲੋਕਾਂ ਨੂੰ ਮਿਹਨਤ ਕਰਨੀ ਪੈਣੀ ਹੈ, ਇਹਨਾਂ ਲੋਕਾਂ ਨੂੰ ਆਪਣੇ ਲੋਕਾਂ ਨੂੰ ਵਿਖਾਉਣਾ ਪੈਣਾ ਵੀ ਕੌਣ ਮੇਰੇ ਵਿੱਚ ਪਿੱਛੇ ਲੋਕ ਹੈਗੇ ਨੇ ਕੌਣ ਨਹੀਂ। ਮੇਰੇ ਖਿਆਲ ਇਹ ਬੜਾ ਵਧੀਆ ਨੈਚੁਰਲ ਪ੍ਰੋਸੈਸ ਹੈ ਜਿਹੜਾ ਬਿਲਕੁਲ ਗਰਾਊਂਡ ਲੈਵਲ ਤੋਂ ਉਤਾਨ ਵੀ ਜਾਏਗਾ ਔਰ ਇਹਦੇ ਨਾਲ ਇਹਨਾਂ ਕੋਲ ਦਿਨ ਬ ਦਿਨ ਚੰਗੇ ਲੋਕ ਜਿਹੜੇ ਹੈਗੇ ਆ ਉਹ ਸਿਲੈਕਸ਼ਨ ਵਿੱਚ ਆ ਜਾਣਗੇ। ਮੇਰਾ ਆਪਣਾ ਅੰਦਾਜ਼ਾ ਇਹ ਹਰ ਹਲਕੇ ਦੇ ਵਿੱਚ ਦੋ ਦੋ ਤਿੰਨ ਤਿੰਨ ਐਮ ਐਲ ਏ ਦਾ ਪੈਨਲ ਪਹਿਲਾਂ ਬਣਾਉਣਗੇ, ਫਿਰ ਉਹਨਾਂ ਦੇ ਵਿੱਚੋਂ ਫਾਈਨਲ ਇੱਕ ਬੰਦਾ ਬਣਾਉਣਗੇ ਜਦੋਂ ਬਿਲਕੁਲ ਇੱਕ ਮਹੀਨਾ ਰਹਿ ਗਿਆ ਜਾਂ ਕੁਛ ਹੋਰ। ਸੋ ਜੋ ਪਲੈਨਸ ਇਹਨਾਂ ਦੀਆਂ ਮੈਨੂੰ ਹੁਣ ਤੱਕ ਸਮਝ ਆਈਆਂ ਹੈਗੀਆਂ ਨੇ ਇਹਨਾਂ ਦੇ ਲੋਕਾਂ ਕੋਲੋਂ, ਉਹਦੇ 'ਤੇ ਇਉਂ ਲੱਗਦਾ ਹੈਗਾ ਕਿ ਇਹ ਬਹੁਤ ਸੀਰੀਅਸ ਨੇ ਵੀ ਕੈਂਡੀਡੇਟ ਕੌਣ ਬਣਨ ਵਾਲੇ ਨੇ। ਇਸ ਵੇਲੇ ਤਾਂ ਸਾਰੇ ਲੋਕ ਹੀ ਸੋਚਦੇ ਨੇ ਕਿ ਸਾਨੂੰ ਕਿਤੋਂ ਹੋਰ ਐਮ ਐਲ ਏ ਦੀ ਸੀਟ ਨਹੀਂ ਮਿਲਦੀ ਜਿਵੇਂ ਤੁਸੀਂ ਜ਼ਿਕਰ ਕੀਤਾ, ਆਪ ਵਿੱਚ ਚੱਲੀਏ ਕਿਉਂਕਿ ਉੱਥੇ ਜਿੱਤਣ ਦੀ ਗੱਲ ਹੈਗੀ ਹੈ। ਪਰ ਮੈਨੂੰ ਲੱਗਦੀ ਹੈ ਇਹਨਾਂ ਨੇ ਉਹੋ ਜਿਹੇ ਆਏ ਲੋਕਾਂ ਨੂੰ ਪ੍ਰੈਫਰੈਂਸ ਨਹੀਂ ਦੇਣੀ, ਉਹਨਾਂ ਦੇ ਵਿੱਚੋਂ ਕੁਛ ਰੀਜ਼ਨੇਬਲ ਲੋਕਾਂ ਨੂੰ ਰਿਪ੍ਰੈਜੈਂਟੇਸ਼ਨ ਦੇਣਗੇ। ਵਰਨਾ ਸਭ ਨੂੰ ਉਹਨਾਂ ਨੇ ਇਹੋ ਹੀ ਆਖਣਾ ਕਿ ਕਿਉਂਕਿ ਤੁਹਾਡੇ ਨਾਲ ਅਸੀਂ ਪਾਈ ਕੰਡੀਸ਼ਨ ਨਹੀਂ ਸੀ ਕੀਤੀ ਹੋਈ, ਇਸ ਕਰਕੇ ਤੁਸੀਂ ਅਜੇ ਥੋੜ੍ਹਾ ਆਰਾਮ ਕਰੋ, ਅਗਲੇ ਆ ਰਹੇ ਜੇ ਸਾਡੀ ਸਰਕਾਰ ਬਣਦੀ ਹੈ ਕਿਤੇ ਨਾ ਕਿਤੇ ਤੁਹਾਨੂੰ ਅਕੋਮੋਡੇਸ਼ਨ ਮਿਲ ਜੂਗੀ। ਥੈਂਕ ਯੂ ਸੋ ਮਚ। ਮਾਨ ਸਾਹਿਬ, ਇਹਦੇ 'ਚ ਇੱਕੋ ਹੀ ਦਿੱਕਤ ਆ ਸਕਦੀ ਆ ਵੀ ਇਹ ਉਹ ਲੀਡਰ ਆ, ਮੈਂ ਜਿਵੇਂ ਲਿਸਟ ਗਣਾਈ ਆ ਤਿੰਨਾਂ ਚੌਂ ਦੀ ਆਪਾਂ ਡਿਸਕਸ਼ਨ ਕੀਤੀ, ਬਾਕੀਆਂ ਦਾ ਮੈਂ ਪਿਛੋਕੜ ਦੇ ਵਿੱਚ ਗਿਆ ਨਹੀਂ ਗਾ, ਜਿਨ੍ਹਾਂ ਨੇ ਪਹਿਲੋਂ ਇੱਕ ਪਾਰਟੀ ਛੱਡੀ ਫਿਰ ਦੂਜੀ ਛੱਡੀ, ਇੱਕ 'ਚੋਂ ਟਿਕਟ ਨਹੀਂ ਮਿਲੀ ਦੂਜੀ 'ਚ ਟਿਕਟ ਲੈਣ ਦੀ ਕੋਸ਼ਿਸ਼ ਕੀਤੀ, ਉੱਥੋਂ ਟਿਕਟ ਨਹੀਂ ਮਿਲੀ ਹੁਣ ਤੀਜੀ 'ਚ ਆ ਗਏ ਆ, ਜੇ ਆਪ ਦੇ ਵਿੱਚੋਂ ਵੀ ਉਹਨਾਂ ਨੂੰ ਟਿਕਟ ਜੇ ਨਾ ਮਿਲੀ ਤਾਂ ਉਹ ਵਾਪਸ ਵੀ ਜਾ ਸਕਦੇ ਆ। ਔਰ ਇਹ ਜੇ ਸਿਲਸਿਲਾ ਪ੍ਰੋਸੈਸ ਚੋਣਾਂ ਦੇ ਨਜ਼ਦੀਕ ਹੋਇਆ ਤਾਂ ਉਦੋਂ ਫਿਰ ਆਮ ਆਦਮੀ ਪਾਰਟੀ ਨੂੰ ਇੱਕ ਤਰੀਕੇ ਦੀ ਸੈਟਬੈਕ ਵੀ ਲੱਗ ਸਕਦੀ ਆ ਵੀ ਆ ਸਾਡੇ ਨਾਲ ਕੀ ਹੋਇਆ। ਬਿਲਕੁਲ, ਸੋ ਦੇਖੋ ਆਪਾਂ ਇੱਕ ਐਗਜ਼ਾਮਪਲ ਲੈ ਲਈਏ, ਜਿਵੇਂ ਤੁਸੀਂ ਰਾਜਲਾ ਦੀ ਗੱਲ ਕੀਤੀ ਹੈਗੀ ਹੈ ਜੀ, ਰਾਜਲਾ ਦੇ ਨਾਲ ਬੇਇਨਸਾਫੀ ਇਸ ਕਰਕੇ ਹੋਈ ਹੈ ਕਿਉਂਕਿ ਕੈਪਟਨ ਸਾਹਿਬ ਦਾ ਆਪਣਾ ਲੜਕਾ ਉਹਨਾਂ ਦੀ ਕੰਸਟੀਚੁਐਂਸੀ ਦੇ ਉੱਪਰ ਆ ਗਿਆ ਤੇ ਉਹਨਾਂ ਦੀ ਪ੍ਰੈਫਰੈਂਸ ਕਰਦੀ ਹੋਗੀ। ਉਹ ਜਿਹੜੀ ਪਰਿਵਾਰਵਾਦ ਦੇ ਖਿਲਾਫ ਲੜਾਈ ਹੈ ਇਹ ਇਹ ਇੱਕ ਆਮ ਆਦਮੀ ਪਾਰਟੀ ਦੀ ਬੜੀ ਮਤਲਬ ਖਾਸ ਇੱਕ ਮੁੱਦਾ ਹੈਗਾ। ਮੇਰੇ ਖਿਆਲ ਰਾਜਲਾ ਵਰਗੇ ਲੋਕ ਇਹ ਮਹਿਸੂਸ ਕਰਦੇ ਹੈਗੇ ਨੇ ਵੀ ਨਿਹਰਾ ਇੰਨਾ ਹੀ ਨਹੀਂ ਬਲਕਿ ਇਹ ਆਹ ਲੋਕ ਜਿਹੜੇ ਨਵੇਂ ਹੈਗੇ ਨੇ ਇਹਨਾਂ ਦੇ ਵਿੱਚ ਸਾਡੀ ਕਿਤੇ ਨਾ ਕਿਤੇ ਥਾਂ ਜ਼ਰੂਰ ਬਣੂਗੀ। ਦੂਜੀਆਂ ਦੇ ਵਿੱਚ ਤਾਂ ਉਹਨਾਂ ਨੇ ਵੇਖ ਹੀ ਲਿਆ ਵੀ ਉਹਨਾਂ ਉਹ ਤਾਂ ਟਿਕਟ ਵੀ ਉਹਨਾਂ ਨੂੰ ਮਿਲਣੀ ਜਿਹੜੀ ਹੈਗੀ ਉਹ ਪੋਸੀਬਲ ਨਹੀਂ ਲੱਗਦੀ ਜੀ। ਮਿਹਰਬਾਨੀ ਮਾਨ ਸਾਹਿਬ, ਮਿਹਰਬਾਨੀ। ਦੇਖਦੇ ਹਾਂ ਹੁਣ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮਹਾਰਾਜ, ਨਵੀਂ ਮੋਟਰ ਹੋਵੇ ਤੇ ਪੁਰਾਣੇ ਟਾਇਰ ਕੰਮ ਨਹੀਂ ਦਿੰਦੇ। ਪ੍ਰਗਟ ਜੀ, ਉਹ ਤਾਂ ਠੀਕ ਆ, ਪਰ ਜੇ ਹੁਣ ਨਵੇਂ ਟਾਇਰ ਜਿਹੜੇ ਆ ਉਹ ਜੇ ਮਿਲਣ ਨਾ ਜਾਂ ਮੁਸ਼ਕਲ ਹੋਵੇ ਤੇ ਫਿਰ ਤੇ ਪੁਰਾਣੇ ਟਾਇਰ ਖਰੀਦ ਕੇ ਕੰਮ ਤੇ ਚਲਾਉਣਾ ਪੈਂਦਾ ਨਾ। ਕਿਤਰਾ ਨਾ ਮਿਲਣ ਜੀ, ਇਹ ਜਿਹੜੇ ਵੇਖੋ ਗੱਡੀਆਂ ਦੇ ਮਾਡਲ ਵੱਖ ਵੱਖ ਨੇ, ਦੂਜੀ ਗੱਡੀ ਦੇ ਟਾਇਰ ਲਾ ਦਈਏ ਉਹਦੇ ਉਹਦੇ ਫਿੱਟ ਨਹੀਂ ਪੈਂਦੇ। ਵੇਖੋ ਸਾਡੇ ਅੰਮ੍ਰਿਤਸਰ ਓਮ ਪ੍ਰਕਾਸ਼ ਸੋਨੀ, ਉਹਨੂੰ ਟਿਕਟ ਨਹੀਂ ਦਿੱਤੀ, ਉਹ ਦੋ ਵਾਰ ਆਜ਼ਾਦ ਖਲੋਤਾ ਤੇ ਕਈਆਂ ਕਾਂਗਰਸ ਵਾਲੇ ਆਪਣੇ ਵੱਲ ਖਿੱਚਦੇ ਸੀ, ਬਾਦਲ ਆਪਣੇ ਵੱਲ ਖਿੱਚਦੇ ਸੀ। ਬੰਦੇ ਦੀ ਜੇ ਇਮਾਨਦਾਰੀ ਆ ਤੇ ਇਮਾਨਦਾਰੀ ਜਿੱਤਣੀ ਨਾ ਕੇ ਪਾਰਟੀ ਜਿੱਤਣੀ ਆ। ਖਹਿਰਾ ਸਾਹਿਬ ਐਡੇ ਵਧੀਆ ਵਾ, ਜੇ ਇੰਨਾ ਇਹਨਾਂ ਦੀ ਸਿਹਤ, ਇਹਨਾਂ ਨੂੰ ਯਾਦ ਜਿੱਤਣਾ ਚਾਹੀਦਾ। ਹੁਣ ਬੈਂਸ ਭਰਾ ਸੀ, ਦੋਨੋਂ ਯਾਦ ਜਿੱਤ ਗਏ ਜੀ ਜੀ। ਇਹ ਪਾਰਟੀਆਂ ਦੀ ਐਡੀ ਲੋੜ ਨਹੀਂ ਕਿ ਜੇ ਬੰਦੇ ਦੇ ਆਪਣੇ ਦਮ ਹੈ ਜਾਂ ਲੋਕ ਉਹਨੂੰ ਚਾਹੁੰਦੇ ਆ। ਦੇ ਬੜਾ ਇੰਟਰਸਟਿੰਗ ਵਿਚਾਰ ਆ, ਔਰ ਮੇਰੇ ਖਿਆਲ ਜਿਵੇਂ ਪ੍ਰਗਟ ਬਾਲ ਹੋਣਾ ਦੇ ਹਮੇਸ਼ਾ ਹੀ ਜਿਹੜੀ ਉਹਨਾਂ ਦੀ ਐਨੋਲੋਜੀ ਆ ਬਹੁਤ ਇੰਟਰਸਟਿੰਗ ਹੁੰਦੀ ਆ, ਬੜਾ ਇੱਕ ਅਰਥੀ ਐਨੋਲੋਜੀ ਹੁੰਦੀ, ਜਿਵੇਂ ਪਿੰਡਾਂ ਦੇ ਵਿੱਚ ਗੱਲ ਕਰਦੇ ਆ ਨਾ, ਬੜੀ ਬੜੀ ਐਨ ਗੱਲ ਜਿਹੜੀ ਆ ਟੂ ਦੀ ਪੁਆਇੰਟ ਹੁੰਦੀ ਆ। ਇਨਫੈਕਟ ਠੀਕ ਹੈ ਗੱਲ ਕਿ ਸ਼ਾਇਦ ਜੇ ਲੋਕ ਇੰਨੇ ਕੋਨਫੀਡੈਂਟ ਆ ਆਪਣੇ ਕੰਮ ਕਾਜ ਦੇ ਉੱਤੇ ਤਾਂ ਸ਼ਾਇਦ ਇਹਨਾਂ ਨੂੰ ਆਪਣੀ ਇਲੈਕਸ਼ਨ ਐਜ਼ ਇੰਡੀਪੈਂਡੈਂਟ ਕੈਂਡੀਡੇਟ ਲੜਨੀ ਚਾਹੀਦੀ ਆ। ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਇਹੋ ਜਿਹੇ ਲੀਡਰ, ਕਈ ਲੀਡਰ ਜਿਹੜੇ ਆ ਰਹੇ ਆ, ਜਿਹੜੇ ਇੱਕ ਪਾਰਟੀ 'ਚ ਫਿਰ ਦੂਜੀ ਪਾਰਟੀ ਫਿਰ ਹੁਣ ਤੀਜੀ ਪਾਰਟੀ 'ਚ, ਉਹ ਕੱਲ੍ਹ ਨੂੰ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਜੇ ਕੱਲ੍ਹ ਨੂੰ ਕਿਤੇ ਹੰਗ ਪਾਰਲੀਮੈਂਟ, ਹੰਗ ਅਸੈਂਬਲੀ ਹੋ ਗਈ ਵੀ 30-40 ਸੀਟਾਂ ਦੋ ਤਿੰਨ ਪਾਰਟੀਆਂ ਨੂੰ ਮਿਲ ਗਈਆਂ ਔਰ ਥੋੜ੍ਹੀ ਬਹੁਤ ਡਿਫੈਕਸ਼ਨਸ ਦੀ ਲੋੜ ਪਈ ਜਾਂ ਮਦਦ ਦੀ ਲੋੜ ਪਈ ਦੂਜੇ ਪਾਸਿਓਂ, ਤਾਂ ਸ਼ਾਇਦ ਇਹ ਜਿਹੜੇ ਦੋ ਵਾਰੀ ਪਾਰਟੀ ਬਦਲ ਸਕੇ ਆ ਤੀਜੀ ਵਾਰੀ ਵੀ ਬਦਲ ਸਕਦੇ ਆ। ਸੋ ਉਹ ਇੱਕ ਆਮ ਆਦਮੀ ਪਾਰਟੀ ਨੂੰ ਇਹੋ ਜਿਹੀ ਗੱਲ ਹੋਈ ਕਿਤੇ ਤਾਂ ਬਹੁਤ ਵੱਡਾ ਢਾ ਲੱਗੂਗਾ। ਜੇ ਕਲੀਅਰ ਜੇਤੀ ਹੋ ਗਈ ਜਿਵੇਂ ਦਿੱਲੀ 'ਚ ਹੋਈ ਆ ਤਾਂ ਫਿਰ ਤਾਂ ਦਿੱਕਤ ਖੈਰ ਆਊਗੀ ਨਹੀਂ।
ਮਿਹਰਬਾਨੀ ਪ੍ਰਗਟ ਜੀ, ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਸੁਰਿੰਦਰ ਜੀ, ਸਵਾਗਤ ਹੈ, ਬੜੇ ਦਿਨਾਂ ਬਾਅਦ ਕਾਲ ਕੀਤਾ ਤੁਸੀਂ। ਵਾਰੀ ਨੇ ਜੀ ਆਉਂਦੀ ਇੱਥੇ। ਹਾਂਜੀ ਹਾਂਜੀ ਸੁਰਿੰਦਰ ਜੀ, ਇੱਦਾਂ ਜੀ ਗੱਲਬਾਤ ਕਿ ਜਿਹੜੀ ਆਮ ਆਦਮੀ ਪਾਰਟੀ ਆ, ਇਹਨਾਂ ਦੀ ਜਿਹੜੀ ਜਿੱਤ ਆ ਉਹ 100% ਮੇਰੇ ਹਿਸਾਬ ਨਾਲ ਪੱਕੀ ਗੱਲ ਆ ਜੀ। ਔਰ ਇਹਨਾਂ ਨੂੰ ਜਿਹੜੇ ਵੀ ਕੈਂਡੀਡੇਟ ਖੜੇ ਕਰਨੇ ਆ ਉਹ ਬਹੁਤ ਹੀ ਸੋਝਵਾਨ ਸੋਚ ਤਰੀਕੇ ਨਾਲ ਜਿਹੜੇ ਕਰਨੇ ਪੈਣਗੇ ਜੀ, ਕਿਉਂਕਿ ਜਿਹੜੇ ਵੀ ਆ ਰਹੇ ਆ ਦੂਸਰੀਆਂ ਪਾਰਟੀਆਂ ਤੋਂ ਬੰਦੇ, ਉਹਨਾਂ ਨੇ ਤਾਂ ਲੱਭਦੇ ਆ ਕਿ ਸਾਨੂੰ ਜਿਹੜੀ ਸੀਟ ਮਿਲਣੀ ਚਾਹੀਦੀ ਆ ਜੀ। ਪਰ ਇਹ ਜਿੰਨੇ ਵੀ ਆ ਰਹੇ ਆ ਇਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਜਿਹੜਾ ਪਾਰਟੀ ਵਾਸਤੇ ਜਿਹੜਾ ਤਹਿ ਦਿਲੋਂ ਕੰਮ ਕਰਨਾ ਪਏਗਾ ਜੀ ਜੀ। ਹਾਂਜੀ, ਕਿਉਂਕਿ ਮੈਂ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਏ ਸੀ, ਕਾਫੀ ਮੇਰੇ ਦੋਸਤ ਹੈ ਸਾਰਿਆਂ ਦੇ ਗਿਆ ਮੈਂ, ਔਰ ਸਾਰੇ ਕਹਿ ਰਹੇ ਸੀਗੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਡੀ ਜਿਹੜੀ ਵੋਟ ਆ ਇਹ ਸਾਰੀ ਗਰੰਟੀ ਆ ਇਹਦੀ ਜੀ, ਜਿਹਦੀ ਵਜ੍ਹਾ ਨਾਲ ਜਿਹੜਾ ਮਤਲਬ 96% ਇਹਨਾਂ ਨੂੰ ਵੋਟਾਂ ਮਿਲੀਆਂ ਉੱਥੋਂ ਜੀ। ਤੇ ਪੰਜਾਬ 'ਚ ਵੀ ਜਿੱਥੇ ਤੱਕ ਆਪਾਂ ਦੇਖ ਰਹੇ ਹਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਬਾਤ ਕਰਕੇ, ਉਹਨਾਂ ਦਾ ਝੁਕਾ ਜਮੇਨ ਆਮ ਆਦਮੀ ਪਾਰਟੀ ਵੱਲ ਬਹੁਤ ਆ। ਬਿਲਕੁਲ, ਇਸ ਵੇਲੇ ਇਹੋ ਹੀ ਲੱਗ ਰਿਹਾ। ਹਾਂਜੀ, ਤੇ ਉਹ ਤੋਂ ਬਾਅਦ ਕਿਉਂਕਿ ਲੋਕ ਕਾਂਗਰਸ ਕੋਲੋਂ, ਬੀਜੇਪੀ, ਅਕਾਲੀਆਂ ਕੋਲੋਂ ਬਹੁਤ ਤੰਗ ਆਏ ਹੋ ਜੀ, ਔਰ ਇਸ ਵੇਲੇ ਬਦਲਾਅ ਦੀ ਲੋੜ ਆ ਜੀ। ਦੇਖੋ ਨਾ, ਹੁਣ ਦੇਖੋ ਕਿਸਾਨ ਕਿੰਨਾ ਦੁਖੀ ਆ। ਹਾਂਜੀ, ਕੋਈ ਸੁਣਵਾਈ ਨਹੀਂ ਆ, ਮੁੜ ਕੇ ਜਲੇ ਵੀ ਉਹ ਜਲਾ ਆਪਣਾ ਕਰਦੇ ਆ, ਕੋਈ ਆਪਣਾ ਧਰਨੇ ਲਾਉਂਦੇ ਆ। ਆ ਬਾਦਲ ਸਾਹਿਬ ਉਹਨਾਂ ਦਾ ਜਿਹੜਾ ਖਿਆਲ ਆ ਹੋਰ ਪਾਸੇ ਲਾਉਣ ਵਾਸਤੇ ਕੋਈ ਨਾ ਕੋਈ ਨਵਾਂ ਛੋਛਾ ਛੱਡ ਦਿੰਦੇ ਆ ਜੀ ਜੀ। ਹਾਂਜੀ, ਤੇ ਹੁਣ ਜਿਹੜੀ ਪਬਲਿਕ ਆ ਬਹੁਤ ਦੁਖੀ ਆ, ਇਹਨੂੰ ਇਹ ਬਦਲਾਅ ਚਾਹੁੰਦੀ ਆ। ਮੇਰੇ ਹਿਸਾਬ ਨਾਲ ਜਿਹੜੀ ਦਿੱਲੀ ਵਾਂਗੂ ਜਿੱਤ ਜਿਹੜੀ ਆ ਉਹ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਮਿਹਰਬਾਨੀ। ਦੇਖੋ ਬਿਲਕੁਲ ਠੀਕ ਆ ਕਿ ਇਹਨਾਂ ਨੂੰ ਬਹੁਤ ਸੋਚ ਸਮਝ ਕੇ ਟਿਕਟਾਂ ਦੇਣੀਆਂ ਚਾਹੀਦੀਆਂ ਵਾ, ਕਿਉਂਕਿ ਜਿੱਤ ਤਾਂ ਹੋ ਜਾਣੀ ਆ, ਪਰ ਸਹੀ ਜਿਹੜੇ ਕੈਂਡੀਡੇਟ ਆ ਉਹੀ ਬਾਅਦ ਦੇ ਵਿੱਚ, ਜਿੱਤ ਤੋਂ ਬਾਅਦ ਪਾਵਰ ਦੇ ਵਿੱਚ, ਸੱਤਾ ਦੇ ਵਿੱਚ ਆਉਣੇ ਚਾਹੀਦੇ ਆ। ਦੇਖਦੇ ਹਾਂ ਅਗਲੇ ਸਾਡੇ ਦਰਸ਼ਕ ਜਿਹੜੇ ਆ ਉਹ ਇਸ ਸਾਰੇ ਮਸਲੇ 'ਤੇ ਕੀ ਦ੍ਰਿਸ਼ਟੀਕੋਣ ਰੱਖਦੇ ਆ, ਉਹਨਾਂ ਦਾ ਕੀ ਨਜ਼ਰੀਆ ਵਾ ਕਿ ਆਮ ਆਦਮੀ ਪਾਰਟੀ 'ਚ ਜਿਹੋ ਜਿਹੇ ਲੋਕ ਆ ਰਹੇ ਆ, ਸ਼ਾਮਿਲ ਹੋ ਰਹੇ ਆ, ਉਸ ਨਾਲ ਪਾਰਟੀ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਮੈਂ ਸੁਰਿੰਦਰ ਸਿੰਘ ਬੋਲ ਰਿਹਾ ਜੀ, ਕੋਲੰਬਸ ਤੋਂ ਆਇਓ ਤੋਂ। ਸੁਰਿੰਦਰ ਸਿੰਘ ਕੋਲੰਬਸ ਤੋਂ? ਹਾਂਜੀ ਹਾਂਜੀ। ਮੈਂ ਇੱਕ ਆਪਣੇ ਧਰਮੀ ਫੌਜੀ ਦੀ ਗੱਲ ਹੁਣੇ ਸੁਣੀ ਸੀਗੀ ਜੀ, ਉਸ ਤੋਂ ਫਿਰ ਮੇਰਾ ਮਨ ਬਣਿਆ ਵੀ ਤੁਹਾਡੇ ਨਾਲ ਗੱਲ ਕਰਾਂ। ਤੁਸੀਂ ਵੀ ਫੌਜੀ ਰਹੇ ਜੇ? ਤੁਹਾਡੇ ਨਾਲ ਤੁਸੀਂ ਵੀ ਫੌਜੀ ਰਹੇ ਭਾਈ ਸਾਹਿਬ? ਨਹੀਂ ਜੀ, ਮੈਂ ਨਹੀਂ ਫੌਜੀ ਰਿਹਾ ਜੀ। ਓਕੇ ਓਕੇ। ਪਰ ਅਟੈਕ ਵੇਲੇ ਫੌਜੀਆਂ ਨੇ ਇੰਨਾ ਕੁਛ ਕੀਤਾ ਜੀ, ਵੀ ਜੇ ਤੁਸੀਂ ਕੋਈ ਇੱਦਾਂ ਦਾ ਕੋਈ ਆਪਣਾ ਕਮੇਟੀ ਬਣਾ ਕੇ ਜੀ ਅਕਾਊਂਟ ਖੋਲੋ ਜੀ, ਅਸੀਂ ਪੈਸੇ ਜਮ੍ਹਾਂ ਕਰਾਈਏ ਜੀ ਤੁਹਾਡੇ ਅੰਡਰ। ਜਿਹੜੇ ਧਰਮੀ ਫੌਜੀ ਆ ਜੀ ਉਹਨਾਂ ਦੀ ਸੇਵਾ ਕੀਤੀ ਜਾਵੇ, ਉਹਨਾਂ ਦੇ ਬੱਚਿਆਂ ਦੀ ਸੇਵਾ ਕੀਤੀ ਜਾਵੇ ਜੀ, ਅਸੀਂ ਇੱਥੇ ਓਹਾਇਓ ਵਿੱਚੋਂ ਅਸੀਂ ਪੈਸੇ ਇਕੱਠੇ ਕਰਕੇ ਭੇਜ ਸਕਦੇ ਹਾਂ ਜੀ। ਕੋਈ ਇੱਦਾਂ ਦਾ ਬਣਾਓ ਜੀ ਪ੍ਰੋਗਰਾਮ, ਇੱਦਾਂ ਦੀ ਕੋਈ ਕਮੇਟੀ ਜਾਂ ਮਤਲਬ ਅਕਾਊਂਟ ਇੱਦਾਂ ਦਾ ਖੋਲੋ ਜਿਹੜਾ ਉਹਨਾਂ ਦੇ ਨਾਂ 'ਤੇ ਪੈਸੇ ਜਾਣ ਜੀ। ਓਕੇ ਓਕੇ, ਬਹੁਤ ਬਹੁਤ ਚੰਗਾ ਵਿਚਾਰ ਹੈ ਭਾਈ ਸਾਹਿਬ, ਕੋਸ਼ਿਸ਼ ਕਰਾਂਗੇ ਕਿ ਇਹੋ ਜਿਹਾ ਅਸੀਂ ਵਿਚਾਰ, ਅਸੀਂ ਤਾਂ ਸ਼ਾਇਦ ਅਸੀਂ ਕਿਉਂਕਿ ਟੀਵੀ ਸਟੇਸ਼ਨ 'ਚ ਲਾਉਂਦੇ ਹਾਂ, ਸਾਡਾ ਤਾਂ ਕੰਮ ਥੋੜ੍ਹਾ ਜਿਹਾ ਵੱਖਰਾ ਵਾ, ਲੇਕਿਨ ਅਸੀਂ ਇਹ ਵਿਚਾਰ ਜ਼ਰੂਰ ਕਿਸੇ ਨੂੰ ਦੇ ਦਿਆਂਗੇ ਵੀ ਕੋਈ ਇਹੋ ਜਿਹੀ, ਕੋਈ ਸੂਝਵਾਨ ਲੋਕ, ਸਾਫ਼ ਸੁਥਰੇ ਲੋਕ ਇਹੋ ਜਿਹੀ ਕਮੇਟੀ ਬਣਾਉਣ, ਉਹਨਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਜ਼ਰੂਰ ਦੇ ਦਿਆਂਗੇ। ਔਰ ਆਪਣਾ ਟੈਲੀਫੋਨ ਨੰਬਰ ਸਾਡਾ, ਤੁਹਾਡਾ ਜਿਹੜਾ ਟੈਲੀਫੋਨ ਨੰਬਰ ਸਾਡੇ ਕੋਲ ਆ ਹੀ ਗਿਆ ਵਾ, ਸਾਡਾ PCR ਨੇ ਨੋਟ ਕਰ ਹੀ ਲਿਆ ਵਾ, ਔਰ ਇਸ ਨੰਬਰ 'ਤੇ ਤੁਹਾਨੂੰ ਡੈਫੀਨੇਟਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਮਿਹਰਬਾਨੀ ਭਾਈ ਸਾਹਿਬ, ਦੇਖਦੇ ਹਾਂ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ। ਇੱਕ ਹੋਰ ਕਾਲ ਲੈ ਕੇ ਫਿਰ ਮੈਂ ਛੋਟਾ ਜਿਹਾ ਬ੍ਰੇਕ ਲਊਂਗਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲੋਸ ਏਂਜਲਸ ਤੋਂ। ਹਾਂਜੀ ਸ਼ਮਸ਼ੇਰ ਸਿੰਘ ਜੀ, ਦੇਖੋ ਜੀ ਇਹ ਚੋਣਾਂ ਦੇ ਟਾਈਮ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਹਿੰਦੁਸਤਾਨ ਦੀਆਂ ਜੀ, ਉਹਨਾਂ ਦੇ ਵਿੱਚ ਅਦਲਾ ਬਦਲੀ ਆਮ ਹੁੰਦੀ ਰਹਿੰਦੀ ਆ। ਬਿਲਕੁਲ ਠੀਕ ਹੈ। ਉਹ ਅਦਲਾ ਬਦਲੀ ਦਾ ਕਾਰਨ ਮੇਰੇ ਹਿਸਾਬ ਨਾਲ ਤਾਂ ਇਹੀ ਹੁੰਦਾ ਵੀ ਜਿਹਨਾਂ ਨੂੰ ਪੁਰਾਣੀਆਂ ਪਾਰਟੀਆਂ ਦੇ ਵਿੱਚ ਜਗ੍ਹਾ ਜਾਂ ਟਿਕਟ ਮਿਲਣ ਦੇ ਨਾ ਆਸਾਰ ਹੋਣ, ਉਹ ਇੱਕ ਦੂਜੀ ਪਾਰਟੀ ਦੇ ਵਿੱਚ ਟਪਲਾ ਖਾ ਜਾਂਦੇ ਆ ਜੀ। ਪਰ ਆਮ ਆਦਮੀ ਪਾਰਟੀ ਜਿਹੜੀ ਬਾਬਾ ਅੰਨਾ ਹਜ਼ਾਰੇ ਦੇ ਸੰਘਰਸ਼ ਦੇ ਵਿੱਚੋਂ ਪੈਦਾ ਹੋਈ ਆ ਜੀ, ਇਹਦੇ ਵਿੱਚੋਂ
ਕਿਸੇ ਮੈਂਬਰ ਦਾ ਬਾਹਰ ਨਿਕਲਣਾ ਜਾਂ ਬਾਹਰਲੀਆਂ ਪਾਰਟੀਆਂ ਦਾ ਅੰਦਰ ਆਉਣਾ ਲੋਕਾਂ ਲਈ ਹੈਰਾਨੀ ਅਤੇ ਪਰੇਸ਼ਾਨ ਵੀ ਕਰਦੀ ਆ। ਬਿਲਕੁਲ ਠੀਕ ਹੈ, ਕਿਉਂਕਿ ਇਹ ਪਾਰਟੀ ਦਾ ਆਪਣੀ ਆਪਣੀ ਨੀਤੀ ਆ, ਆਪਣੀ ਸੋਚ ਆ। ਬਾਕੀ ਪਾਰਟੀਆਂ ਨਾਲੋਂ ਅਜੇ ਤੱਕ ਲੋਕਾਂ ਦੇ ਮਨਾਂ ਵਿੱਚ ਇਹ ਆ ਵੀ ਇਹ ਬਾਕੀ ਨਾਲੋਂ ਵੱਖਰੀ ਸੋਚ ਰੱਖਦੀ ਆ। ਜੀ ਜੀ, ਜੇ ਇਸ ਪਾਰਟੀ ਦੇ ਵਿੱਚ ਵੀ ਦੂਸਰੀਆਂ ਪਾਰਟੀਆਂ ਦੇ ਲੋਕ ਜਿਨ੍ਹਾਂ ਨੇ ਦਸ ਦਸ ਵੀਹ ਵੀਹ ਸਾਲ ਲਾਏ ਨੇ ਹੋਰਾਂ ਪਾਰਟੀ 'ਚ ਆ ਕੇ ਆਉਂਦੇ ਨੇ, ਤਾਂ ਮੈਂ ਨਹੀਂ ਸਮਝਦਾ ਵੀ ਇਸ ਪਾਰਟੀ ਨੂੰ ਕੋਈ ਫਾਇਦਾ ਹੋਊ, ਉਹਨਾਂ ਦਾ ਨੁਕਸਾਨ ਤਾਂ ਜ਼ਰੂਰ ਹੋਊਗਾ। ਮਿਹਰਬਾਨੀ ਸ਼ਮਸ਼ੇਰ ਸਿੰਘ ਜੀ, ਬਹੁਤ ਪਾਏਦਾਰ ਗੱਲ ਕੀਤੀ ਤੁਸੀਂ। ਇਹ ਪਾਰਟੀ ਜਿਹੜੀ ਆ ਆਮ ਤੌਰ 'ਤੇ ਅਦਲਾ ਬਦਲੀ ਹੁੰਦੀ ਰਹਿੰਦੀ ਹੈ, ਲੇਕਿਨ ਇਹ ਪਾਰਟੀ ਇੱਕ ਵੱਖਰੀ ਪਾਰਟੀ ਆ, ਵੱਖਰੇ ਸੰਘਰਸ਼ ਦੇ ਵਿੱਚੋਂ ਨਿਕਲ ਕੇ ਬਣੀ ਆ, ਇਹਦੀ ਵੱਖਰੀ ਵਿਚਾਰਧਾਰਾ ਵਾ, ਵੱਖਰੀ ਆਈਡੀਓਲੋਜੀ ਹੈ। ਸੋ ਇਹਦੇ ਵਿੱਚ ਮੇਰੇ ਖਿਆਲ ਪਾਰਟੀ ਦੇ ਲੀਡਰਾਂ ਨੂੰ ਵੀ ਲੋਕਾਂ ਨੂੰ ਸੋਚ ਸਮਝ ਕੇ ਲੈਣਾ ਚਾਹੀਦਾ, ਜੇ ਲੈਣਾ ਵੀ ਆ। ਔਰ ਮੇਰਾ ਖਿਆਲ ਇੱਕ ਨਵੀਂ ਜਿਹੜੀ ਆ ਪਨੀਰੀ ਉਹ ਤਿਆਰ ਕਰਨੀ ਚਾਹੀਦੀ ਆ। ਬਹੁਤ ਸਾਰੇ ਇਹੋ ਜਿਹੇ ਸੂਝਵਾਨ ਲੋਕ ਨੇ, ਯੂਥ ਨੇ, ਔਰਤਾਂ ਨੇ, ਰਿਟਾਇਰਡ ਪ੍ਰੋਫੈਸਰ ਆ, ਕੰਮ ਕਰ ਰਹੇ ਕਈ ਲੋਕ ਆ, ਪ੍ਰੋਫੈਸਰ ਹਾਲੇ ਵੀ ਕੰਮ ਕਰ ਰਹੇ ਹੋਣਗੇ ਜਾਂ ਹੋਰ ਵੀ ਕਈ ਵੱਡੇ ਅਹੁਦਿਆਂ 'ਤੇ ਹੋਣਗੇ, ਸ਼ਾਇਦ ਫੌਜੀ ਵੀ ਹੋਣ, ਪੁਲਿਸ ਦੇ ਵਿੱਚ ਵੀ ਹੋਣ, ਜਿਹੜੇ ਸਾਫ਼ ਸੁਥਰਾ ਜਿਹਨਾਂ ਦਾ ਕਿਰਦਾਰ ਆ, ਉਹੋ ਜਿਹੇ ਲੀਡਰ ਜਿਹੜੇ ਆ ਲੋਕ ਜਿਹੜੇ ਆ ਉਹ ਇਸ ਪਾਰਟੀ ਦੇ 'ਚ ਆ ਕੇ ਇਹਦੀ ਅਗਵਾਈ ਕਰਨੀ ਚਾਹੀਦੀ ਆ, ਇਹਦੇ ਲੀਡਰ ਬਣਨੇ ਚਾਹੀਦੇ ਆ, ਨਾ ਕਿ ਦੂਜੀਆਂ ਪਾਰਟੀਆਂ ਤੋਂ। ਜੇ ਦੂਜੀਆਂ ਪਾਰਟੀਆਂ 'ਚੋਂ ਆਏ ਤਾਂ ਇਹ ਵੀ ਪਾਰਟੀ ਵੀ ਉਸੇ ਤਰ੍ਹਾਂ ਹੀ ਪਾਰਟੀ ਹੋ ਜੂਗੀ ਇੱਕ, ਔਰ ਜੇ ਉੱਥੇ ਉਹ ਭ੍ਰਿਸ਼ਟਾਚਾਰ ਦੇ ਚਾਰਜਿਸ ਉਹਨਾਂ ਦੇ ਲੱਗਦੇ ਸੀ ਉਸ ਪਾਰਟੀਆਂ ਦੇ ਉੱਤੇ, ਤਾਂ ਇਹ ਪਾਰਟੀ ਦੇ ਉੱਤੇ ਵੀ ਭ੍ਰਿਸ਼ਟਾਚਾਰ ਦੇ ਚਾਰਜਿਸ ਲੱਗਣਗੇ। ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਜਦੋਂ ਉਹਨਾਂ ਨੇ ਦਬਕਾ ਮਾਰਿਆ ਵੀ ਅਸੀਂ ਤੁਹਾਡੀ ਇਨਕੁਆਇਰੀ ਕਰਾਂਗੇ, ਉਹਨੇ ਕਿਹਾ ਜੀ ਕਰ ਲਓ ਇਨਕੁਆਇਰੀ, ਮੇਰੇ ਘਰੋਂ ਤਾਂ ਮਫਲਰ ਹੀ ਮਿਲਦੇ ਤੁਹਾਨੂੰ। ਸੋ ਇਹੋ ਜਿਹਾ ਕਿਰਦਾਰ ਜਿਹੜਾ ਵਾ ਕਿੰਨੇ ਕੁ ਲੋਕਾਂ ਦਾ ਵਾ। ਸੋ ਇਸ ਕਰਕੇ ਮੇਰੇ ਖਿਆਲ ਇੱਕ ਨਵੀਂ ਜਿਹੜੀ ਪਨੀਰੀ ਆ ਪੀੜ੍ਹੀ ਆ ਉਹਨੂੰ ਤਿਆਰ ਕਰਨ ਦੀ ਲੋੜ ਆ ਸਿਆਸਤ ਵਾਸਤੇ। ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਪਰਿਵਾਰ ਆ ਪੰਜਾਬ ਦੇ ਵਿੱਚ ਉਹ ਵੱਧ ਰਿਹਾ ਵਾ, ਫੁੱਲ ਰਿਹਾ ਵਾ, ਇਹ ਕੀ ਉਹਨਾਂ ਦੇ ਚੰਗੇ ਵਾਸਤੇ ਹੋ ਰਿਹਾ ਜਾਂ ਇਹਦਾ ਨੁਕਸਾਨ ਹੋ ਸਕਦਾ ਵਾ, ਇਹ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਪਰ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ। ਕਾਫੀ ਲੋਕ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ, ਇਹਦਾ ਕੀ ਪਾਰਟੀ ਨੂੰ ਫਾਇਦਾ ਹੋਊ ਜਾਂ ਨੁਕਸਾਨ? ਦੋ ਸਾਲ ਪਹਿਲਾਂ ਤੱਕ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ 'ਚੋਂ ਲੀਡਰਾਂ ਅਤੇ ਉਮੀਦਵਾਰਾਂ ਨੂੰ ਲੈਣ 'ਚ ਗੁਰੇਜ਼ ਕਰਦੀ ਸੀ। ਮੈਨੂੰ ਯਾਦ ਆ ਉਹ ਕਹਿੰਦੇ ਸੀ ਵੀ ਅਸੀਂ ਬਾਕੀ ਕਿਸੇ ਪਾਸਿਓਂ ਨਹੀਂ ਲੈਣਾ, ਪਰ ਹੁਣ ਉਹਨਾਂ ਨੇ ਆਪਣੀ ਪੋਲਿਸੀ ਦੇ ਵਿੱਚ, ਨੀਤੀ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਜ਼ਰੂਰ ਕੀਤੀ ਆ। ਉਹ ਹੁਣ ਉਹਨਾਂ ਲੀਡਰਾਂ ਨੂੰ ਸ਼ਾਮਿਲ ਕਰ ਰਹੇ ਆ ਜਿਹਨਾਂ ਦੀ ਇਮੇਜ ਜਾਂ ਛਵੀ ਜਿਹੜੀ ਆ ਉਹ ਚੰਗੀ ਆ, ਪਰ ਇਹ ਕਰਕੇ ਪਾਰਟੀ ਇੱਕ ਤਰੀਕੇ ਦਾ ਗੈਂਬਲ ਖੇਡ ਰਹੀ ਆ। ਇਹ ਬਹੁਤਾ ਸੌਖਾ ਕੰਮ ਨਹੀਂ ਗਾ, ਇਹਦਾ ਨੁਕਸਾਨ ਵੀ ਹੋ ਸਕਦਾ ਵਾ, ਫਾਇਦਾ ਵੀ ਹੋ ਸਕਦਾ ਵਾ। ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਕਈਆਂ ਨੇ ਜਿਹੜੇ ਹੁਣ ਆਮ ਆਦਮੀ ਪਾਰਟੀ 'ਚ ਆ ਰਹੇ ਆ ਉਹ ਦੂਜੀਆਂ ਪਾਰਟੀਆਂ ਜਿਹੜੀਆਂ ਵਾ ਇੱਕ ਵਾਰੀ ਨਹੀਂ ਦੋ ਦੋ ਵਾਰੀ ਪਾਰਟੀਆਂ ਜਿਹੜੀਆਂ ਵਾ ਉਹ ਛੱਡੀਆਂ ਵਾ। ਆਪਦੀ ਇਸ ਤਰ੍ਹਾਂ ਦੀ ਜਿਹੜੀ ਪੋਲਿਸੀ ਆ, ਦੁਚਿੱਤੀ ਆ, ਨੀਤੀ ਆ, ਇਸ ਉੱਪਰ ਕਾਂਗਰਸ ਅਤੇ ਅਕਾਲੀ ਦਲ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਦੇ ਜਿਹੜੇ ਚੀਫ ਮਿਨਿਸਟਰ ਆ ਸਰਮੁੱਖ ਆ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੀਡਰ ਆਪ 'ਚ ਇਸ ਵੇਲੇ ਸ਼ਾਮਿਲ ਹੋ ਰਹੇ ਆ ਉਹਨਾਂ 'ਚੋਂ ਬਹੁਤ ਸਾਰੇ ਦਲ ਬਦਲਣ ਦੇ ਆਦੀ ਆ। ਇਹ ਇੱਕ ਹੋਰ ਮਸਲਾ ਜਿਸ ਉੱਪਰ ਅਕਾਲੀ ਦਲ ਅਤੇ ਦੂਜੀਆਂ ਪਾਰਟੀਆਂ ਜਿਹੜੀਆਂ ਵਾ ਉਹ ਆਪ ਉੱਤੇ ਹਮਲਾ ਕਰ ਰਹੀਆਂ ਵਾ, ਉਹ ਇਹ ਆ ਕਿ ਜਿਹੜਾ ਆਪ ਦੀ ਜਿਹੜੀ ਧਰਮ ਪ੍ਰਤੀ ਜਿਹੜੀ ਆ ਇਹਦੇ ਬਾਰੇ ਕੀ ਉਹਨਾਂ ਦੀ ਨੀਤੀ ਆ। ਅਕਾਲੀ ਦਲ ਨੇ ਕਿਹਾ ਵਾ ਕਿ ਇੱਕ ਪਾਸੇ ਤਾਂ ਆਪ ਗੱਲ ਕਰਦੀ ਆ ਵੀ ਅਸੀਂ ਧਰਮ ਨਿਰਪੱਖ ਆ, ਅਸੀਂ ਧਰਮ ਅਤੇ ਸਿਆਸਤ ਨੂੰ ਅੱਡ ਅੱਡ ਰੱਖਦੇ ਹਾਂ, ਔਰ ਉਹ ਅਕਾਲੀ ਦਲ ਦਾ ਇਸ ਗੱਲ ਕਰਕੇ ਕ੍ਰਿਟੀਸਿਜ਼ਮ ਕਰਦੇ ਰਹੇ ਆ, ਆਲੋਚਨਾ ਕਰਦੇ ਰਹੇ ਆ, ਅਤੇ ਦੂਜੇ ਪਾਸੇ ਉਹ ਆਪ ਜਿਹੜੀ ਆ ਆਮ ਆਦਮੀ ਪਾਰਟੀ ਜੋੜ ਮੇਲੇ ਅਤੇ ਮਾਘੀ ਮੇਲੇ ਦੀਆਂ ਜਿਹੜੀਆਂ ਧਾਰਮਿਕ ਕਾਨਫਰੰਸਾਂ ਵਾ, ਜਿਹੜੀਆਂ ਧਾਰਮਿਕ ਫੰਕਸ਼ਨਸ ਆ, ਉੱਥੇ ਸਿਆਸੀ ਸਟੇਜਾਂ ਲਾ ਰਹੇ ਆ। ਵੈਸੇ ਦਿਲਚਸਪ ਗੱਲ ਇਹ ਆ ਕਿ ਇਹਨਾਂ ਕਾਨਫਰੰਸਾਂ ਵਿੱਚ ਆਪ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਵਾ। ਸੋ ਇਸ ਵੇਲੇ ਇੱਥੇ ਜੀ ਸਥਿਤੀ ਜਿਹੜੀ ਆ ਉਹ ਇੱਥੇ ਖੜ੍ਹੀ ਆ ਇਸ ਵੇਲੇ, ਦੇਖਦੇ ਹਾਂ ਸਾਡੇ ਨਾਲ ਕੋਈ ਕਾਲਰ ਜਿਹੜੇ ਕਾਫੀ ਦੇਰ ਤੋਂ ਹੋਲਡ ਕਰ ਰਹੇ ਉਹਨਾਂ ਦਾ ਇਸ ਬਾਰੇ ਸਾਰੇ ਬਾਰੇ ਕੀ ਵਿਚਾਰਧਾਰਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਕੇਵਲ ਸਿੰਘ ਤੱਗੜ ਸਰੀ ਤੋਂ ਬੋਲ ਰਿਹਾ ਜੀ। ਕੇਵਲ ਸਿੰਘ? ਹਾਂਜੀ, ਸਰੀ ਤੋਂ। ਹਾਂਜੀ ਹਾਂਜੀ, ਕੇਵਲ ਸਿੰਘ ਜੀ, ਬਹੁਤ ਖੁਸ਼ੀ ਹੋਈ ਕਿ ਸਰੀ ਹੁਣ ਇਨਫੈਕਟ ਇਹਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਵੀ ਸਾਡੇ ਨਾਲ ਕਨੈਕਟ ਹੋ ਗਿਆ ਵਾ, ਬਹੁਤ ਬਹੁਤ ਚੰਗਾ ਲੱਗਾ ਤੁਹਾਡੀ ਕਾਲ ਲੈ ਕੇ। ਹਾਂਜੀ ਕੇਵਲ ਸਿੰਘ ਜੀ। ਸੰਧੂ ਸਾਹਿਬ, ਮੇਰਾ ਜਿਹੜਾ ਆਪ ਆਮ ਆਦਮੀ ਪਾਰਟੀ ਦੇ ਵਿਚਾਰ ਇਹਦੇ ਬਾਰੇ ਵਿਚਾਰ ਬਹੁਤ ਸਾਫ਼ ਹੈ ਜੀ। ਜਿਸ ਤਰ੍ਹਾਂ ਕਿ ਇਸ ਵੇਲੇ ਕੇਜਰੀਵਾਲ ਦਿੱਲੀ ਵਿੱਚ ਸਰਕਾਰ ਚਲਾ ਰਿਹਾ ਜੀ, ਔਰ ਇੱਕ ਚੀਫ ਮਿਨਿਸਟਰ ਹੋਣ ਦੇ ਨਾਤੇ ਉਹ ਸਿੱਧਾ ਹੀ ਪ੍ਰਾਈਮ ਮਿਨਿਸਟਰ ਨੂੰ ਵੀ ਚੈਲੰਜ ਕਰਦਾ, ਹੋਮ ਮਿਨਿਸਟਰ ਨੂੰ ਚੈਲੰਜ ਕਰਦਾ, ਔਰ CBI ਨੂੰ ਚੈਲੰਜ ਕਰਦਾ ਕਿ ਤੁਸੀਂ ਭਾਵੇਂ ਮੇਰੇ ਕੋਲ 100 ਬੰਦਾ ਮੇਰੇ ਦਫ਼ਤਰ 'ਚ ਭੇਜੋ ਜੀ,
ਔਰ ਜੇ ਕੋਈ ਤੁਹਾਨੂੰ ਗਲਤ ਫਾਈਲ ਮਿਲੇ ਤਾਂ ਮੈਨੂੰ ਸਜ਼ਾ ਦਿਓ ਜੀ। ਔਰ ਇਸੇ ਵਿਚਾਰ ਨੂੰ ਜਿਹੜਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਯੂਥ ਤਬਕਾ ਹੈ ਉਹ ਸਮਝ ਰਿਹਾ ਜੀ। ਔਰ ਇੱਥੇ ਬਾਹਰਲਿਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਜਿਹੜੇ ਕਈ ਦੂਜੇ ਪਾਰਟੀਆਂ 'ਚ ਜੁਆਇਨ ਹੋ ਰਹੇ ਆ ਉਹ ਚੰਗਾ ਹੋ ਰਿਹਾ, ਪਰ ਮੈਨੂੰ ਇਹ ਕਿਤੇ ਲੱਗਦਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਕਿਤੇ ਆਪਣੇ ਬੰਦੇ ਇਹਦੇ ਵਿੱਚ ਪਲਾਨ ਤਾਂ ਨਹੀਂ ਕਰ ਰਹੇ, ਸੋਰੀ ਸੰਦਾ, ਪਲਾਨ ਤਾਂ ਨਹੀਂ ਕਰ ਰਹੇ ਤਾਂ ਕਿ ਇਹ ਪਾਰਟੀ ਜਿਹੜੀ ਆ ਫੇਲ ਹੋਵੇ, ਸਾਡੇ ਬੰਦੇ ਜਾਣ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਇਹ ਵੋਟ ਤੋੜ ਕੇ ਆਪ ਦੀ, ਤਾਂ ਸਾਡੇ ਜਿਹੜੇ ਦੂਜੇ ਅਸੀਂ ਕੈਂਡੀਡੇਟ ਖੜੀਏ ਉਹਨਾਂ ਨੂੰ ਜਿੱਤ ਪ੍ਰਾਪਤ ਕਰ ਸਕੀਏ। ਨੰਬਰ ਦੋ, ਹਾਲੇ ਤਾਈਂ ਘੱਟੋ ਘੱਟ 15 ਮਹੀਨੇ ਪਏ ਇਲੈਕਸ਼ਨ ਨੂੰ, ਜਦ ਤਾਈਂ ਕਿਤੇ ਪਾਵਰ ਪੋਲੀਟਿਕਸ, ਨਸ਼ਾ ਪੋਲੀਟਿਕਸ ਜੀ ਤੇ ਹੋਰ ਜਿਹੜੀਆਂ ਪੋਲੀਟਿਕਸ ਉਹ ਨਾ ਆ ਜਾਣ। ਔਰ ਸਾਡੀਆਂ ਸ਼ੁੱਭ ਇਛਾਵਾਂ ਕਿ ਚੰਗੇ ਸ਼ੁੱਧ ਜਿਹਨਾਂ ਦੇ ਉੱਤੇ ਕੋਈ ਕਚਹਿਰੀਆਂ ਵਿੱਚ ਕੇਸ ਨਹੀਂ ਚੱਲਦੇ, ਕਤਲ ਦੇ ਕੇਸ ਨਹੀਂ ਚੱਲਦੇ, ਜਾਂ ਕਿ ਜਿਹੜੇ ਹੋਰ ਵੱਡੇ ਵੱਡੇ ਘੁਟਾਲੇ ਕੀਤੇ ਉਹ ਇਸ ਪਾਰਟੀ ਵਿੱਚ ਨਾ ਜੁਆਇਨ ਹੋਣ, ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਵੇ ਅਤੇ ਇੱਕ ਸ਼ੁੱਧਤਾ ਲਿਆਵੇ। ਔਰ ਜਿਹੜਾ ਪੰਜਾਬ ਅੱਜ ਤੋਂ 30-40 ਸਾਲ ਪਹਿਲਾਂ ਨੰਬਰ 1 ਪੰਜਾਬ ਹੁੰਦਾ ਸੀ, ਉਸ ਤਰ੍ਹਾਂ ਦਾ ਮੁੜ ਕੇ ਉੱਭਰੇ, ਸਾਡੀਆਂ ਸ਼ੁੱਭ ਇਛਾਵਾਂ। ਮਿਹਰਬਾਨੀ ਕੇਵਲ ਸਿੰਘ ਜੀ, ਮਿਹਰਬਾਨੀ ਮਿਹਰਬਾਨੀ ਕੇਵਲ ਸਿੰਘ ਜੀ। ਇਨਫੈਕਟ ਵਾਕਈ ਦੂਜੀਆਂ ਪਾਰਟੀਆਂ ਨੂੰ, ਜਿਹੜੇ ਲੋਕ ਦੂਜੀਆਂ ਪਾਰਟੀਆਂ 'ਚੋਂ ਆਪ ਦੇ ਵਿੱਚ ਆ ਰਹੇ ਆ, ਉਹਦੇ ਵਾਸਤੇ ਆਪ ਨੂੰ ਬਹੁਤ ਸੁਚੇਤ ਰਹਿਣਾ ਪਊਗਾ ਵੀ ਕਿਤੇ ਪਲਾਨ ਤਾਂ ਨਹੀਂ ਆਏ ਕਿ ਪਾਰਟੀ 'ਚ ਆ ਕੇ ਕੱਲ੍ਹ ਨੂੰ ਫਿਰ ਇਲਜ਼ਾਮ ਲਾ ਦੇਣ, ਪ੍ਰੈਸ ਕਾਨਫਰੰਸ ਕਰਦੇ ਜੀ ਪਾਰਟੀ 'ਚ ਤਿਆਰ ਹੋ ਰਿਹਾ ਵਾ, ਅਸੀਂ ਤਾਂ ਇਹਨਾਂ ਸਹਿਮਤ ਨਹੀਂ, ਅਸੀਂ ਤਾਂ ਵਾਪਸ ਜਾਣਾ ਚਾਹੁੰਦੇ ਹਾਂ, ਉਹਦੇ ਨਾਲ ਫਿਰ ਪਾਰਟੀ ਦੀ ਇਮੇਜ ਜਿਹੜੀ ਆ ਖਰਾਬ ਹੋ ਸਕਦੀ ਹੈ। ਸੋ ਇਹਦੇ ਵਾਸਤੇ ਵਾਕਈ ਬਹੁਤ ਸੁਚੇਤ ਰਹਿਣਾ ਪਊਗਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਵਿਚਾਰ ਰੱਖਦੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਹਰਪ੍ਰੀਤ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਚੀਜ਼ ਹੈਗੀ ਆ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਣਾ ਪੈਣਾ ਵਾ, ਕਿਉਂਕਿ ਲੋਕ ਲੱਭ ਰਹੇ ਆ ਰੱਬ ਤੋਂ ਵੀ ਵੱਧ ਕੋਈ ਸਿਸਟਮ ਹੋਵੇ ਜਿਹਦੇ ਵਿੱਚ ਸਾਰਾ ਕੁਛ ਹੀ ਬਾਹਰੋਂ ਹੀ ਆਵੇ, ਦੁਨੀਆਂ 'ਚ ਕੋਈ ਵੀ ਨਾ ਆਵੇ, ਤੇ ਮੇਰੇ ਖਿਆਲ ਤੋਂ ਉਸ ਤਰ੍ਹਾਂ ਹੀ ਸ਼ਾਇਦ ਕੁਛ ਬਣ ਜਾਵੇ ਜੀ। ਹੁਣ ਜੇ ਟੈਕਨੀਕਲੀ ਆਪਾਂ ਵੇਖੀਏ, ਹੁਣ ਸੰਜੇ ਸਿੰਘ ਹੈਗੇ ਸੀ ਜਾਂ ਆਸ਼ੂਤੋਸ਼ ਜਾਂ ਜਿੰਨੇ ਵੀ ਹੈਗੇ ਸੀ ਜੀ, ਪਹਿਲੇ ਹੁਣ ਸੰਜੇ ਸਿੰਘ ਤੇ ਮੋਸਟਲੀ ਹੁਣ ਯੂਪੀ 'ਚ ਰਹੇ ਸੀ ਤੇ ਉਹ ਸਮਾਜਵਾਦੀ ਪਾਰਟੀ ਦੇ ਨਾਲ ਵੀ ਐਸੋਸੀਏਟਡ, ਜਦੋਂ ਉਹ ਆਪਣੇ ਕਾਲਜ ਦੇ ਉਹਨਾਂ ਦੇ ਇਲੈਕਸ਼ਨ ਹੁੰਦੇ ਸੀ ਉੱਥੇ ਕਾਫੀ ਉਹ ਐਕਟਿਵ ਹੈਗੇ ਸੀ, ਪਰ ਉਦੋਂ ਤੇ ਆਮ ਆਦਮੀ ਪਾਰਟੀ ਹੈ ਹੀ ਨਹੀਂ ਸੀ ਨਾ ਜੀ। ਜੀ ਹਾਂਜੀ, ਮੈਂ ਇਹੋ ਹੀ ਤੇ ਪੁਆਇੰਟ ਹੈਗਾ ਨਾ, ਕਿਉਂਕਿ ਮੇਨ ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਕੋਈ ਨਿਊਟਰਲ ਅਪੋਲੀਟੀਕਲ ਬੰਦਾ ਕਿੱਥੋਂ ਚੁੱਕ ਕੇ ਲੈ ਆਓ ਤੇ ਉਹ ਸ਼ਾਇਦ ਆ ਜਾਵੇ ਤੇ ਕੁਛ ਹੋ ਜਾਵੇ, ਮੇਰੇ ਖਿਆਲ ਤੋਂ ਹੁਣ ਜਿੰਨੇ ਬੰਦੇ ਹੈਗੇ ਆ ਅਸੀਂ ਕਈ ਨਾ ਕਿੱਥੇ ਇੱਕ ਪਰਟੀਕੁਲਰ ਟਾਈਮ ਦੇ ਵਿੱਚ ਕਿੱਥੇ ਅਕਾਲੀਆਂ ਨੂੰ ਪਾਈ ਆ ਵੋਟ ਜਾਂ ਕਾਂਗਰਸ ਨੂੰ ਪਾਈ ਆ, ਕਿਉਂਕਿ ਮੇਨ ਇੰਪੋਰਟੈਂਟ ਹੈਗਾ ਵਾ ਕਿ ਤੁਹਾਡੀ ਪੋਲਿਸੀ ਏਜੰਡਾ ਤੇ ਕ੍ਰੈਡੀਬਿਲਿਟੀ ਜੀ। ਤੇ ਜੇ ਮੇਰੇ ਖਿਆਲ ਤੋਂ ਕੋਈ ਬਾਹਰੋਂ ਆ ਰਿਹਾ ਵਾ ਬੰਦਾ, ਮੇਨ ਉਹਦਾ ਬੈਕਗਰਾਊਂਡ ਤੁਸੀਂ ਚੈੱਕ ਕਰ ਲਓ ਕਿ ਮੇਨ ਤੁਹਾਡੇ ਏਜੰਡੇ ਦੇ ਨਾਲ ਹੈਗਾ ਕਿ ਨਹੀਂ ਹੈਗਾ, ਤੇ ਮੇਨ ਜਿਹੜਾ ਤੁਹਾਡੇ ਕੋਨਸਟੀਟਿਊਸ਼ਨ ਜੋ ਵੀ ਹੈਗਾ ਵਾ ਪਾਰਟੀ ਦਾ ਉਹਦੇ ਨਾਲ ਉਹ ਮੇਲ ਖਾਂਦਾ ਕਿ ਨਹੀਂ ਖਾਂਦਾ ਉਹਦਾ ਬੈਕਗਰਾਊਂਡ ਤੇ ਐਕਟੀਵਿਟੀਜ਼। ਹੁਣ ਜੇ ਆਪਾਂ ਕਹਿ ਦਈਏ ਕਿ ਕੋਈ ਆਵੇ ਹੀ ਨਾ ਬਾਹਰੋਂ, ਮੇਰੇ ਖਿਆਲ ਤੋਂ ਉਹ ਫਿਰ ਬਹੁਤ ਮੁਸ਼ਕਲ ਹੋ ਜਾਣਾ ਹੈਗਾ ਵਾ, ਕਿਉਂਕਿ ਵਿਥਆਊਟ ਉਹਦੇ ਨਾ ਦੁਨੀਆਂ ਚੱਲ ਸਕਦੀ ਆ ਤੇ ਨਾ ਕੁਛ ਚੱਲ ਸਕਦਾ ਵਾ। ਠੀਕ ਹੈ ਗੱਲ ਤੁਹਾਡੀ, ਆਫਟਰ ਆਲ ਵਿਨੇਬਿਲਿਟੀ ਵੀ ਇੱਕ ਫੈਕਟਰ ਜ਼ਰੂਰ ਬਣ ਸਕਦਾ ਵਾ, ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਜਦੋਂ ਕਹਿ ਰਹੇ ਜੇ ਵੀ ਸਾਡੀ ਇੱਕ ਵੱਖਰੀ ਪਾਰਟੀ ਆ, ਸਾਡੀ ਵੱਖਰੀ ਆਈਡੀਓਲੋਜੀ ਆ, ਤੇ ਫਿਰ ਤੁਸੀਂ ਇੱਕ ਇਹੋ ਜਿਹਾ ਬੰਦਾ ਲੈ ਰਹੇ ਜੇ ਜਿਹਦਾ ਜਿਹੜਾ ਪਰਿਵਾਰ ਆ, ਗ੍ਰੈਂਡਫਾਦਰ ਆ, ਉਹ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਕਿਸੇ ਹੋਰ ਲੀਡਰ ਦੇ ਬਿਲਕੁਲ ਨਜ਼ਦੀਕੀ ਰਿਹਾ ਵਾ, ਜਿਨ੍ਹਾਂ ਦੇ ਆਪਣੇ ਪਿਤਾ ਜਿਹੜੇ ਆ 3 ਜਾਂ 4 ਵਾਰੀ MLA ਬਣ ਚੁੱਕੇ ਆ, CPS ਵੀ ਬਣ ਚੁੱਕੇ ਆ ਜਾਂ ਮੰਤਰੀ ਵੀ ਬਣ ਚੁੱਕੇ ਆ, ਤੁਹਾਨੂੰ ਕੀ ਔਰ ਤੁਸੀਂ ਆਪ ਉਸ ਪਾਰਟੀ ਦੇ ਬੜੇ ਸੀਨੀਅਰ ਅਹੁਦੇਦਾਰ ਰਹੇ ਜੇ, ਤੁਹਾਨੂੰ ਲੱਗਦਾ ਵਾ ਵੀ ਇਹੋ ਜਿਹਾ ਬੰਦਾ ਤੁਹਾਡੀ ਵਾਲੀ ਵਿਚਾਰਧਾਰਾ ਦੇ ਵਿੱਚ ਅਸਿਮੂਲੇਟ ਹੋ ਸਕਦਾ ਵਾ, ਰਲ ਮਿਲ ਸਕਦਾ ਵਾ? ਮੇਰੇ ਖਿਆਲ ਤੋਂ ਜੇ ਉਹ ਬੰਦਾ ਔਨ ਦੀ ਇਨ ਪਬਲਿਕ, ਜੇ ਓਵਰ ਦੀ ਟਾਈਮ ਕਿਹਦਾ ਤੁਸੀਂ ਟਰੈਕ ਰਿਕਾਰਡ ਕਿਹਦਾ ਵੀ ਜਦੋਂ ਇਵੈਲੂਏਟ ਕਰੋਗੇ, ਮੇਨ ਚੀਜ਼ ਹੈਗੀ ਹੈ ਕਿ ਉਹ ਬੰਦਾ ਜਿੱਥੇ ਡਿਬੇਟਸ ਹੁੰਦੀਆਂ ਨੋਰਮਲੀ ਟੀਵੀ ਤੇ, ਉਹ ਬੰਦਾ ਜਿੱਥੇ ਉਹਦਾ ਕੋਈ ਪਾਰਟੀ ਦਾ ਪੁਆਇੰਟ ਆਫ ਵਿਊ ਰੱਖਿਆ ਜਾਂਦਾ ਕਿ ਬਈ ਹਾਂ ਜੀ ਤੁਹਾਡੀ ਪਾਰਟੀ 'ਚ ਵੀ ਸ਼ੂਗਰ ਮਿਲਸ ਹੈਗੀਆਂ ਜੀ, ਬੰਦੇ ਹੈਗੇ ਆ, ਫਿਰ ਉਸ ਟਾਈਮ ਜੇ ਉਹ ਬੰਦਾ ਉਹ ਜਵਾਬ ਦਿੰਦਾ ਕਿ ਹਾਂ ਜੀ ਐਗਜ਼ਿਸਟਿੰਗ ਸਿਚੁਏਸ਼ਨ ਪ੍ਰੋਬਲਮਸ ਹੈਗੀਆਂ ਜੀ, ਤੇ ਉੱਤੋਂ ਫਿਰ ਆਪਾਂ ਇਵੈਲੂਏਟ ਕਰ ਸਕਦੇ ਹਾਂ ਕਿ ਜਿਹੜਾ ਬੰਦਾ ਚਲੋ ਐਟਲੀਸਟ ਰੈਕਗਨਾਈਜ਼ ਕਰੇ ਕਿ ਹਾਂ ਜੀ ਇਹ ਤੇ ਹੈਗੀ ਆ ਜੀ ਇਸ਼ੂ, ਤੇ ਮੇਨ ਚੀਜ਼ ਹੈਗੀ ਆ ਕਿ ਹਾਂ ਨੂੰ ਜਿਹੜਾ ਹਾਂ ਕਵੇ ਤੇ ਨਾ ਨੂੰ ਨਾ ਕਵੇ, ਸਿੰਪਲ ਜੀ ਗੱਲ ਹੈ। ਉਹ ਬੰਦੇ ਲੈਣੇ ਚਾਹੀਦੇ ਆ ਜਿਹਨਾਂ 'ਚ ਜ਼ਰੂਰਤ ਹੈ ਟੂ ਕਾਲ ਸਪੇਡ ਅ ਸਪੇਡ, ਵੀ ਅਸਲੀਅਤ ਆ ਵਾ
ਸਾਨੂੰ ਚੰਗੀ ਲੱਗੇ ਜਾਂ ਨਾ ਚੰਗੀ ਲੱਗੇ, ਕਿਸੇ ਪਾਰਟੀ ਦੀ ਅਸਲੀਅਤ ਹੋਵੇ ਉਹ ਬਾਰੇ ਉਜਾਗਰ ਜ਼ਰੂਰ ਕਰਨੀ ਚਾਹੀਦੀ ਆਫਟਰ ਆਲ, ਕਿਉਂਕਿ ਅਸੀਂ ਜੋ ਵੀ ਕਰ ਰਹੇ ਹਾਂ ਜੇ ਅਸੀਂ ਸਿਆਸਤ ਕਰ ਰਹੇ ਹਾਂ ਤਾਂ ਸਿਆਸਤ ਜਿਹੜੀ ਆ ਲੋਕਾਂ ਪੱਖੀ ਹੋਣੀ ਚਾਹੀਦੀ ਆ। ਬਹੁਤ ਮਿਹਰਬਾਨੀ ਹਰਪ੍ਰੀਤ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਮਸਲੇ 'ਤੇ ਉਹਨਾਂ ਦਾ ਕੀ ਸੁਝਾਅ ਆ। ਹੈਲੋ, ਹਾਂਜੀ ਸੰਧੂ ਸਾਹਿਬ। ਹਾਂਜੀ ਭਾਈ ਸਾਹਿਬ। ਹਾਂਜੀ, ਮੈਂ ਚਰਨਜੀਤ ਸਿੰਘ ਸੰਧੀ ਕਿਚਨ ਓਨਟਾਰੀਓ ਕੈਨੇਡਾ ਤੋਂ ਬੋਲ ਰਿਹਾ। ਚਰਨਜੀਤ ਸਿੰਘ? ਹਾਂਜੀ। ਓਨਟਾਰੀਓ ਤੋਂ ਕਿਹੜੀ ਜਗ੍ਹਾ ਜੀ? ਕੈਨੇਡਾ, ਕਿਚਨਰ ਓਨਟਾਰੀਓ। ਹਾਂਜੀ ਹਾਂਜੀ, ਕਿਚਨਰ। ਹਾਂਜੀ ਹਾਂਜੀ, ਚਰਨਜੀਤ ਜੀ ਦੱਸੋ ਕੀ ਵਿਚਾਰ ਨੇ ਤੁਹਾਡੇ? ਮੇਰਾ ਸਵਾਲ ਹੈਗਾ ਆਪਣੇ ਜੋ ਆਮ ਪਾਰਟੀ ਦੇ ਆਪਣੇ ਨੁਮਾਇੰਦੇ ਬੈਠੇ ਆ, ਹਾਂ ਹਾਂ, ਉਹਨੂੰ ਇਹ ਪੁੱਛਣਾ ਕਿ ਪੰਜਾਬ ਦੇ ਵਿੱਚ ਜਿਹੜੇ ਦਲਿਤ ਭਾਈਚਾਰਾ ਉਹਨਾਂ ਵਿੱਚੋਂ ਵੀ ਕੋਈ ਲੀਡਰ ਲੈ ਰਿਹਾ ਨਾਲ ਕਿ ਨਹੀਂ? ਅਗਰ ਨਹੀਂ ਲੈ ਰਿਹਾ ਤਾਂ ਕਿਉਂ? ਕਿਉਂਕਿ ਜੇ ਅਗਰ ਤੁਸੀਂ ਬਾਦਲ ਸਰਕਾਰ ਜਾਂ ਕਾਂਗਰਸ ਨੂੰ ਉੱਥੋਂ ਡਿਫੀਟ ਕਰਨਾ ਆ ਤੇ ਤੁਹਾਨੂੰ ਉਹਨਾਂ ਜਾਤੀ ਜਿਹੜੇ ਜੋ ਲੋਕ ਹਨ ਉਹਨਾਂ ਨਾਲ ਲੈਣਾ ਜ਼ਰੂਰੀ ਆ। ਅਗਰ ਨਹੀਂ ਲੈ ਰਿਹਾ ਤਾਂ ਇਹਦਾ ਮਤਲਬ ਉਹਦੇ ਨਾਲ ਲੋਕਾਂ ਦਾ ਧੱਕਾ ਕਰ ਰਹੇ ਆ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਜੋ ਦਲਿਤ ਲੇਡੀਜ਼ ਆ ਉਹਨਾਂ ਦੇ ਨਾਲ ਜੋ ਅੱਤਿਆਚਾਰ ਹੋ ਰਿਹਾ ਉਹਨਾਂ ਦਾ ਵਾਰਸ ਕੋਈ ਨਹੀਂ ਹੈ। ਅਸੀਂ ਇੱਥੋਂ ਕੈਨੇਡਾ ਦੇ ਵਿੱਚੋਂ ਬਹੁਤ ਸਪੋਰਟ ਕਰ ਰਹੇ ਹਾਂ ਆਮ ਪਾਰਟੀ ਨੂੰ, ਸਾਨੂੰ ਪੂਰੀਆਂ ਆਸਾਂ ਕਿ ਗਾਂਹ ਉਹ ਚੰਗਾ ਕੰਮ ਕਰੂਗੀ। ਜੇ ਅਗਰ ਉਹ ਬੰਦਿਆਂ ਨੂੰ ਨਾਲ ਨਹੀਂ ਲੜਾ ਰਹੀ ਤਾਂ ਇਹਦਾ ਮਤਲਬ ਇਹ ਹੋਇਆ ਕਿ ਫਿਰ ਵੀ ਉੱਚ ਜਾਤੀ ਜਿਹੜੇ ਆ ਉਹੀ ਆਪਣੀ ਟੀਮ ਬਣਾ ਰਹੇ ਆ, ਨਾ ਕਿ ਸਾਰੇ ਨਾਲ ਲੜਾ ਰਹੇ ਆ। ਮੇਰਾ ਚਰਨਜੀਤ ਜੀ, ਤੁਸੀਂ ਤੁਸੀਂ ਇਨਫੈਕਟ ਕਿਹੜੇ ਇਲਾਕੇ ਤੋਂ ਗਏ ਜੇ ਕੈਨੇਡਾ ਪੰਜਾਬ ਦੇ? ਚਰਨਜੀਤ ਜੀ, ਦੋ ਤਿੰਨ ਗੱਲਾਂ ਮੈਂ ਪਹਿਲਾਂ ਕਲੈਰੀਫਾਈ ਕਰ ਦੇਵਾਂ, ਸਪਸ਼ਟੀਕਰਨ ਦੇ ਦੇਵਾਂ ਵੀ ਇੱਥੇ ਸਾਡੇ ਨਾਲ ਕੋਈ ਆਮ ਆਦਮੀ ਪਾਰਟੀ ਦਾ ਇਸ ਵੇਲੇ ਨੁਮਾਇੰਦਾ ਅਵੇਲੇਬਲ ਨਹੀਂ ਹੈਗਾ। ਮੈਂ ਬਤੌਰ ਇੱਕ ਜਰਨਲਿਸਟ, ਇਹ ਸ਼ੋਅ ਹੋਸਟ, ਮੈਂ ਇਹ ਸ਼ੋਅ ਹੋਸਟ ਕਰ ਰਿਹਾ ਵਾਂ ਔਰ ਅਸੀਂ ਇੱਕ ਫ੍ਰੀ ਡਿਸਕਸ਼ਨ ਕਰ ਰਹੇ ਹਾਂ। ਮੈਂ ਸਿਰਫ ਤੁਹਾਡੀਆਂ ਕਾਲਸ ਲੈ ਰਿਹਾ ਵਾਂ। ਅੱਜ ਅਸੀਂ ਡਿਸਕਸ਼ਨ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੋਕ ਰਲ ਰਹੇ ਉਹਨਾਂ ਬਾਰੇ। ਤੁਸੀਂ ਬੜੀ ਸਹੀ ਗੱਲ ਪੁਆਇੰਟ ਆਊਟ ਕੀਤੀ ਆ ਕਿ ਦੱਸਣਾ ਚਾਹੀਦਾ ਵਾ ਵੀ ਇਸ ਵੇਲੇ ਦਲਿਤ ਕਿੰਨੇ ਕੇ ਇਸ ਪਾਰਟੀ ਦੇ ਵਿੱਚ ਆਏ ਆ ਔਰ ਦਲਿਤ ਪ੍ਰਤੀ ਇਸ ਪਾਰਟੀ ਦੀ ਕੀ ਨੀਤੀ ਆ। ਆਪਾਂ ਨੂੰ ਪਤਾ ਹੀ ਆ ਕਿ ਦਲਿਤ ਵੋਟ ਜਿਹੜੀ ਆ ਪੰਜਾਬ ਦੇ ਵਿੱਚ 30-35% ਆ। ਦਲਿਤ ਪੰਜਾਬ ਦੀ ਜਿਹੜੀ ਪੰਜਾਬ ਦਾ ਜਿਹੜਾ ਸਮਾਜ ਆ ਉਹਦਾ ਬਹੁਤ ਅਹਿਮ ਹਿੱਸਾ ਨੇ ਔਰ ਇਨਫੈਕਟ ਪਾਰਟੀ ਨੂੰ ਖਾਸ ਕੋਸ਼ਿਸ਼ ਕਰਕੇ ਇਨਫੈਕਟ ਦਲਿਤ ਵਰਗ ਦੇ ਵਿੱਚੋਂ ਜ਼ਰੂਰ ਕੁਝ ਨੁਮਾਇੰਦੇ ਲੈਣੇ ਚਾਹੀਦੇ ਆ ਕਿਉਂਕਿ ਸੋ ਦੈਟ ਦਲਿਤ ਵੋਟ ਉਹਨਾਂ ਨੂੰ ਮਿਲ ਸਕੇ। ਹੁਣ ਤੱਕ ਜਿਹੜੀ ਦਲਿਤ ਵੋਟ ਆ ਇਹ ਜਾਂ ਕਾਂਗਰਸ ਨੂੰ ਜਾਂਦੀ ਰਹੀ ਆ ਜਾਂ ਇਹ ਜਾਂਦੀ ਰਹੀ ਆ BSP ਨੂੰ ਔਰ ਅਕਾਲੀ ਦਲ ਦੀ ਹਮੇਸ਼ਾ ਔਰ BJP ਦੀ ਕੋਸ਼ਿਸ਼ ਇਹ ਹੁੰਦੀ ਰਹੀ ਆ ਕਿ ਦਲਿਤ ਵੋਟ ਵੰਡੀ ਜਾਵੇ ਜੇ ਅਕਾਲੀ ਦਲ ਨੂੰ ਨਹੀਂ ਆਉਣੀ ਤਾਂ ਬਾਕੀ ਪਾਰਟੀਆਂ ਦੇ ਵਿੱਚ ਵੰਡੀ ਜਾਏ ਸੋ ਦੈਟ ਉਹਦਾ ਉਹਨੂੰ ਨੁਕਸਾਨ ਨਾ ਹੋਵੇ। ਸੋ ਦਲਿਤ ਵੋਟ ਦੇ ਬਾਰੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਵੀ ਉਹ ਵੋਟ ਜਿਹੜੀ ਆ ਆਮ ਆਦਮੀ ਪਾਰਟੀ ਜੇ ਜਿੱਤਣਾ ਚਾਹੁੰਦੀ ਆਮ ਆਦਮੀ ਪਾਰਟੀ ਕਿ ਉਹਨੂੰ ਮਿਲ ਸਕੇ। ਇਸ ਵੇਲੇ ਜਿਹੜੇ ਆਪਾਂ ਲੀਡਰਸ ਦੀ ਗੱਲ ਕੀਤੀ ਆ ਇਹਨਾਂ 'ਚੋਂ ਐਗਜੈਕਟਲੀ ਦਲਿਤ ਤਾਂ ਮੇਰੇ ਖਿਆਲ ਸ਼ਾਇਦ ਰਾਜਵਿੰਦਰ ਸਿੰਘ ਜ਼ਰੂਰ ਇੱਕ ਰਿਜ਼ਰਵ ਕੈਟੇਗਰੀ ਸੀਟ ਤੋਂ ਉੱਤੋਂ ਲੜਦੇ ਰਹੇ ਆ ਸੋ ਇਸ ਕਰਕੇ ਉਹਨਾਂ ਨੂੰ ਆਪਾਂ ਉਸ ਕੈਟੇਗਰੀ 'ਚ ਮੰਨ ਸਕਦੇ ਹਾਂ। CD ਸਿੰਘ ਕੰਬੋਜ ਕੰਬੋਜ ਪਰਿਵਾਰ ਦੇ ਵਿੱਚੋਂ ਨੇ ਮੇਰੇ ਖਿਆਲ ਕੰਬੋਜ ਜਿਹੜੇ ਆਪਣੇ ਪੰਜਾਬ ਦੇ ਵਿੱਚ ਬੈਕਵਰਡ ਕਲਾਸਿਸ ਦੇ ਵਿੱਚ ਸ਼ਾਇਦ ਉਸ ਦੇ ਵਿੱਚ ਸ਼ਾਮਿਲ ਹੁੰਦੇ ਆ। ਸੋ ਇਹ ਕਿਸੇ ਦਿਨ ਆਪਾਂ ਇਹ ਵੇਖਾਂਗੇ ਕਿ ਦਲਿਤ ਵਰਗ ਜਿਹੜਾ ਵਾ ਉਹ ਕਿਹੜੇ ਪਾਸੇ ਕਿਹੜੇ ਪਾਰਟੀ ਵੱਲ ਨੂੰ ਜਾ ਰਿਹਾ ਵਾ ਇਹ ਇਹਦੇ ਬਾਰੇ ਆਪਾਂ ਕਿਸੇ ਦਿਨ ਸੈਪਰੇਟ ਡਿਬੇਟ ਭਾਈ ਸਾਹਿਬ ਚਰਨਜੀਤ ਜੀ ਕਰ ਲਵਾਂਗੇ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਬਲਜੀਤ ਬੋਲ ਰਿਹਾ ਟੋਰਾਂਟੋ ਤੋਂ। ਹਾਂਜੀ ਬਲਜੀਤ ਜੀ ਦੱਸੋ। ਹਾਂਜੀ, ਜਿਹੜਾ ਇਹ ਕਹਿ ਰਹੇ ਵੀ ਬੰਦੇ ਮਤਲਬ ਗਲਤ ਆ ਰਹੇ ਆ ਜਾਂ ਦੂਜੇ ਆ ਰਹੇ, ਦੇਖੋ ਦੂਜੀਆਂ ਪਾਰਟੀਆਂ ਦਾ ਰੌਲਾ ਪਾਉਣਾ ਹੁੰਦਾ ਵੀ ਆਹ ਵੀ ਗਲਤ ਆ ਵੀ ਗਲਤ, ਉਹ ਤਾਂ ਸਭ ਨੂੰ, ਉਹ ਤਾਂ ਜਦੋਂ ਕਾਂਗਰਸ ਸਰਕਾਰ ਹੁੰਦੀ ਆ ਉਹ ਬਾਦਲ ਗਲਤ ਕਹਿ ਰਹੇ, ਜੇ ਬਾਦਲ ਹੁੰਦਾ ਉਹ ਕਾਂਗਰਸ ਨੂੰ ਕਹਿ ਰਹੇ, ਸਾਰੇ ਗਲਤ ਹੁੰਦੇ। ਓਕੇ ਓਕੇ, ਤੇ ਬਾਕੀ ਜਿੰਨੇ ਬੰਦੇ ਆਉਂਦੇ ਆ ਇਹਨਾਂ ਨੂੰ ਆਉਣ ਦਿਓ ਤੇ ਇਹਨਾਂ ਦਾ ਹਾਲ ਇਹ ਹੋਣਾ ਜੀ ਮਤਲਬ ਦੋਨੋਂ ਪਾਰਟੀਆਂ ਦਾ ਵੀ ਮਤਲਬ ਮੇਰਾ ਖਿਆਲ ਹੈ ਵੀ ਦਿੱਲੀ ਵਾਲੀ ਹਾਲ ਹੋਊਗਾ, ਉਹ ਤੋਂ ਬੜਾ ਫਰਕ ਨਹੀਂ ਪੈਣਾ, ਦਿੱਲੀ ਵਾਲੀ ਸਿਚੁਏਸ਼ਨ ਹੋਊਗੀ, ਯਾਨੀ ਇੰਨਾ ਹੋਊਗਾ ਵੀ ਜੋ ਸਿਚੁਏਸ਼ਨ ਉੱਥੇ BJP ਦੀ ਸੀ ਉਹ ਕਾਂਗਰਸ ਦੀ ਹੋਊਗੀ ਜੀ ਜੀ ਜੀ। ਤੇ ਬਾਕੀ ਨੰਬਰ 2 ਤੇ ਗੱਲ ਹੈ ਕਿ ਇਹ ਜਿਹੜਾ ਕਹਿੰਦੇ ਵੀ ਇਹਨਾਂ ਨੂੰ ਰਾਜ ਨਹੀਂ ਚਲਾਉਣਾ ਹੁੰਦਾ, ਮੈਂ ਕਹਿੰਦਾ ਵੀ ਇਹ 5 ਸਾਲ ਰਾਜ ਕਰਨ ਜੇ ਕੁਛ ਵੀ ਨਾ ਕਰਨ ਕੱਖ ਵੀ ਤਾਂ ਵੀ ਪੰਜਾਬ ਦਾ ਬਚਾਓ ਹੋਊਗਾ ਜੀ, ਉਹਨਾਂ ਨੇ ਤਾਂ ਰਾਜ ਨਹੀਂ ਕਰਨਾ ਆ ਕੇ, ਉਹਨਾਂ ਤੋਂ ਲੁੱਟਣਾ ਦੋ ਪਾਰਟੀਆਂ ਨੇ ਜੀ। ਬਿਲਕੁਲ ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ ਅੰਕਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੇਜਪ੍ਰੀਤ ਕੌਰ ਬੋਲ ਰਹੀ ਸੀ। ਹਾਂਜੀ ਗੁਰਫਤਿਹ, ਤੇਜਪ੍ਰੀਤ ਕੌਰ। ਅੰਕਲ ਮੈਂ ਇੰਨੀ ਗੱਲ ਕਹਿਣੀ ਸੀ, ਮੈਨੂੰ ਇੰਨਾ ਪਾਰਟੀ ਜਾਂ ਪੋਲੀਟਿਕਸ ਵਾਲੇ ਇੰਡੀਆ 'ਚ ਜਨਰਲੀ ਇੰਨਾ ਪਤਾ ਨਹੀਂ, ਪਰ ਮੈਨੂੰ ਇੰਨਾ ਤਾਂ ਪਤਾ ਕਿ ਈਚ ਐਂਡ ਐਵਰੀ ਪਾਰਟੀ ਹੈਜ਼ ਅ ਕੋਰ ਵੈਲਿਊ ਦੈਟ ਦੇ ਬੇਸ ਦੇਅਰ ਬਿਲੀਵਸ ਔਰ ਵਿਊਜ਼ ਔਨ, ਤੇ ਜੇ ਤੁਸੀਂ ਆਪਣੇ ਪਾਰਟੀ ਚੇਂਜ ਕਰੋਗੇ ਤਾਂ ਕਾਈਂਡ ਆਫ ਲਾਈਕ
saying that you're changing your core values, and do you really think that you can trust someone who changes their core values so easily and rapidly? And secondly, second of all, if you want to change something for the better, you don't have to change parties for that. ਕਿ ਕੋਈ ਵੀ ਪਾਰਟੀ ਹੈ ਡਜ਼ਨਟ ਦੈ ਹੈਵ ਦਾ ਪਬਲਿਕ ਇੰਟਰਸਟ ਐਟ ਹਾਰਟ ਜਾਂ ਫਿਰ ਪਾਰਟੀ ਨੂੰ ਆਪਦਾ ਹੁੰਦਾ ਜੇ ਤੁਸੀਂ ਪਬਲਿਕ ਲਈ ਕੁਛ ਕਰਨਾ ਪਬਲਿਕ ਲਈ ਕੁਛ ਵਧੀਆ ਕਰਨਾ ਕਿਉਂਕਿ ਪੰਜਾਬ ਵਿੱਚ ਦੇਖ ਲਓ ਕਿੰਨੇ ਵੀ ਫਾਰਮਰਸ ਹੈ ਉਹ ਸੁਇਸਾਈਡ ਕਰ ਰਹੇ ਕਿਉਂਕਿ ਦੇ ਡੋਂਟ ਹੈਵ ਇਨਫ ਮਨੀ ਦੇਅਰ ਸੋ ਮਚ ਇਨ ਡੈਟ ਕਿੰਨੇ ਲੱਖ ਰੁਪਿਆਂ ਵਿੱਚ ਉਹ ਡੈਟ ਵਿੱਚ ਪਏ ਹੋਏ ਹੈ ਦੈਟ ਦੇ ਹੈਵ ਟੂ ਕਿਲ ਦੈਮਸੈਲਵਸ ਟੂ ਫ੍ਰੀ ਦੈਮਸੈਲਵਸ ਫਰੋਮ ਦੈਟ ਸਟ੍ਰੈਸ ਜੇ ਤੁਸੀਂ ਕੁਛ ਕਰਨਾ ਤੁਸੀਂ ਉਹਨਾਂ ਦੀ ਮਦਦ ਕਰੋ ਕੋਈ ਪਾਰਟੀ ਚੇਂਜ ਕਰਨ ਨਾਲ ਕੋਈ ਉਹਨਾਂ ਦੀ ਮਦਦ ਨਹੀਂ ਹੋ ਜਾਏਗੀ ਤੁਸੀਂ ਕਿਹੜੀ ਪਾਰਟੀ ਹੈਗੀ ਉਹ ਜੇ ਤੁਸੀਂ ਕੋਲਡ ਵੈਲੀ ਬਿਲੀਵ ਕਰਦੇ ਹੋ ਤਾਂ ਸ਼ਾਇਦ ਕਿ ਤੁਸੀਂ ਉਹ ਇੱਕ ਹੀ ਪਾਰਟੀ ਵਿੱਚ ਰਹਿ ਕੇ ਕੁਛ ਕਰੋ ਜਾਂ ਪਾਰਟੀ ਨਹੀਂ ਹੈਗੀ ਆਪਣੇ ਇਕੱਲੇ ਰਹਿ ਕੇ ਕੁਛ ਕਰੋ ਆਪਣਾ ਕੋਈ ਗਰੁੱਪ ਬਣਾਓ ਕਿਹਦੇ ਨਾਲ ਤੁਸੀਂ ਉਹਨਾਂ ਦੀ ਹੈਲਪ ਕਰ ਸਕੋ ਮਿਹਰਬਾਨੀ ਤੇਜਪ੍ਰੀਤ ਜਿਹੜੀ ਕੋਰ ਵੈਲਿਊਜ਼ ਦੀ ਗੱਲ ਕੀਤੀ ਹੈ ਬਹੁਤ ਸਹੀ ਆ ਸਾਡੇ ਇੱਥੇ ਅਨਫੋਰਚੁਨੇਟਲੀ ਕਿਸੇ ਵੀ ਸਿਆਸੀ ਪਾਰਟੀ ਦੀਆਂ ਐਂ ਲੱਗਦੀਆਂ ਵੀ ਕੋਰ ਵੈਲਿਊਜ਼ ਸਾਹਮਣੇ ਨਹੀਂ ਆਉਂਦੀਆਂ ਔਰ ਹੈ ਹੀ ਨਹੀਂ ਆਮ ਆਦਮੀ ਪਾਰਟੀ ਨਵੀਆਂ ਵੈਲਿਊਜ਼ ਲੈ ਕੇ ਤੁਰੀ ਆ ਸੋ ਇਸੇ ਕਰਕੇ ਕੋਰ ਵੈਲਿਊਜ਼ ਇਸ ਪਾਰਟੀ ਵਾਸਤੇ ਬਹੁਤ ਜ਼ਰੂਰੀ ਹੋ ਜਾਂਦੀਆਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਜੇ ਉੱਥੇ ਲਿਬਰਲ ਪਾਰਟੀ ਹੈ ਤਾਂ ਕਦੀ ਘੱਟ ਹੀ ਸੁਣੀਦਾ ਵਾ ਕਿ ਲਿਬਰਲ ਪਾਰਟੀ ਦਾ ਬੰਦਾ ਜਿਹੜਾ ਵਾ ਉਹ ਕੰਜ਼ਰਵੇਟਿਵ ਪਾਰਟੀ ਚਲੇ ਗਿਆ ਜਾਂ ਡੈਮੋਕ੍ਰੈਟਿਕ ਪਾਰਟੀ ਦਾ ਰਿਪਬਲਿਕਨ ਚਲੇ ਗਿਆ ਰਿਪਬਲਿਕਨਸ ਦਾ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਚਲਾ ਗਿਆ ਸੋ ਬੰਦੇ ਆਪਣੀ ਕੋਰ ਵੈਲਿਊਜ਼ 'ਤੇ ਹਮੇਸ਼ਾ ਖੜੇ ਰਹਿੰਦੇ ਆ ਸਾਡੇ ਇੱਥੇ ਇਹ ਦਲ ਬਦਲੂ ਜਿਵੇਂ ਹੋ ਰਿਹਾ ਵਾ ਇੱਥੋਂ ਪਤਾ ਲੱਗਦਾ ਵੀ ਕੋਰ ਵੈਲਿਊਜ਼ ਬਿਲਕੁਲ ਮਿਸਿੰਗ ਆ ਸਮਾਂ ਬੜਾ ਥੋੜ੍ਹਾ ਜਿਹਾ ਰਹਿ ਗਿਆ ਇੱਕ ਅੱਧੀ ਹੋਰ ਕਾਲ ਲੈ ਕੇ ਅਤੇ ਫਿਰ ਮੈਂ ਆਪਣਾ ਇਹਨੂੰ ਮੈਂ ਸਮਾਪਤੀ ਕਰਨ ਦੀ ਕੋਸ਼ਿਸ਼ ਕਰੂੰਗਾ ਹੈਲੋ ਹੈਲੋ ਹਾਂਜੀ ਭਾਈ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਮਾਨਦੀਪ ਸਿੰਘ ਬੋਲ ਰਿਹਾ ਜੀ ਤੋਂ ਮਾਨ ਸਿੰਘ ਚੀਮਾ ਮਿਸ਼ੀਗਨ ਤੋਂ ਮਸਕੀਗਨ ਤੋਂ ਹਾਂਜੀ ਹਾਂਜੀ ਚੀਮਾ ਸਾਹਿਬ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਹੈਗਾ ਸੰਖੇਪ ਦੇ ਵਿੱਚ ਦੱਸੋ ਕੀ ਵਿਚਾਰ ਨੇ ਤੁਹਾਡੇ ਇਸ ਮਸਲੇ ਬਾਰੇ ਹਾਂਜੀ ਵਿਚਾਰ ਬਸ ਮੇਰੇ ਇਹ ਨੇ ਜੀ ਮੈਂ ਜਿਵੇਂ ਹੁਣ ਆਪ ਦੀ ਸਰਕਾਰ ਆਪਦੇ ਚਾਂਸ ਹੈਗੇ ਪੰਜਾਬ 'ਚ ਆਉਣ ਦੇ ਲੱਗਦਾ ਵੀ ਆਪ ਆਏਗੀ ਅਤੇ ਜਿਹੜੇ ਬੰਦੇ ਆ ਰਹੇ ਦੂਜੀਆਂ ਪਾਰਟੀਆਂ ਤੋਂ ਅਕਾਲੀ ਦਲ ਤੋਂ ਕਾਂਗਰਸ ਤੋਂ ਜੀ ਅਤੇ ਉਹਨਾਂ ਦਾ ਮੇਰਾ ਕਿਸੇ ਵਿੱਚੋਂ ਇਹਨਾਂ ਨੂੰ ਕਹਿਣਾ ਵੀ ਆਪਣਾ ਆਪ ਦੇ ਜਿਹੜੇ ਹੈਗੇ ਨੇ ਬੰਦੇ ਆਪਣੇ ਜੀ ਜਿਹੜੇ ਲੀਡਰ ਨੇ ਜੇ ਉਹਨਾਂ ਨੂੰ ਸੋਚ ਸਮਝ ਕੇ ਬੰਦੇ ਲੈਣੇ ਚਾਹੀਦੇ ਨੇ ਇਹਦਾ ਹੋਵੇ ਵੀ ਉਹ ਬੰਦੇ ਆ ਗਏ ਇੱਧਰ ਆਏ ਨੇ ਕਰ ਫਿਰ ਮੁੜ ਕੇ ਉੱਧਰ ਚਲੇ ਜਾਣ ਬਿਲਕੁਲ ਬਿਲਕੁਲ ਚੀਮਾ ਸਾਹਿਬ ਕਾਂਗਰਸ ਵੀ ਦੇਖ ਲਈ ਹੁਣ ਅਕਾਲੀ ਵੀ ਦੇਖ ਲਏ ਬਿਲਕੁਲ ਸੋਚ ਸਮਝ ਕੇ ਬੰਦੇ ਜਿਹੜੇ ਆ ਉਹ ਲਿਆਉਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਭਾਵੇਂ ਕੁਝ ਪਾਰਟੀਆਂ ਦੇ ਲੀਡਰਾਂ ਦਾ ਆਪ ਵਿੱਚ ਸ਼ਾਮਿਲ ਹੋਣਾ ਜਾਂ ਆਪ 'ਚੋਂ ਬਾਹਰ ਜਾਣਾ ਸੁਭਾਵਿਕ ਜੀ ਗੱਲ ਹੈ ਪਰ ਫਿਰ ਵੀ ਮੇਰਾ ਵਿਚਾਰ ਹੈ ਕਿ ਪਾਰਟੀ ਨੂੰ ਸੋਚ ਵਿਚਾਰ ਕੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਪਾਰਟੀ ਦੇ ਵਿੱਚ ਲੈਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਵੱਖਰੀ ਵਿਚਾਰਧਾਰਾ ਵੱਖਰੀ ਕੋਰ ਵੈਲਿਊਜ਼ ਦੀ ਪਾਰਟੀ ਹੈ ਜਿਵੇਂ ਹੁਣ ਤੇਜਪ੍ਰੀਤ ਨੇ ਕਿਹਾ ਮੈਂ ਜੋ ਕਹਿ ਰਿਹਾ ਤਾਂ ਮੇਰੇ ਖਿਆਲ ਦੋ ਮੁੱਖ ਕਾਰਨ ਹੈ ਪਹਿਲਾ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਪੂਰਨ ਸਹਿਮਤੀ ਜੇ ਬਾਹਰੋਂ ਕੋਈ ਆਊਗਾ ਤਾਂ ਪੂਰਨ ਸਹਿਮਤੀ ਉਹਨਾਂ ਦੀ ਨਹੀਂ ਹੋਊਗੀ ਸੋ ਅਗਲੇ ਕੁਝ ਮਹੀਨੇ ਉਹਨਾਂ ਦੀ ਜੇ ਆਏ ਆ ਤਾਂ ਉਹਨਾਂ ਦੀ ਪੂਰਨ ਸਹਿਮਤੀ ਪਹਿਲਾਂ ਬਣਾਉਣੀ ਚਾਹੀਦੀ ਆ ਵੀ ਉਸ ਵਿਚਾਰਧਾਰਾ ਦੇ ਵਿੱਚ ਉਹ ਮਰਜ ਹੋਣ ਸਿਮੂਲੇਟ ਕਰਨ ਦੂਸਰਾ ਕਾਰਨ ਆ ਕਿ ਜਿਹੜੇ ਬਾਹਰੋਂ ਆਉਂਦੇ ਆ ਇਹ ਉਹਦੇ ਵਿੱਚ ਕੋਰ ਵੈਲਿਊਜ਼ ਇਹਨਾਂ ਕੋਲ ਨਹੀਂ ਹੁੰਦੀਆਂ ਜੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ ਅਤੇ ਜੇ ਕਿਤੇ ਹੰਗ ਅਸੈਂਬਲੀ ਆ ਗਈ ਪੰਜਾਬ ਦੇ ਵਿੱਚ ਖੁਦਾ ਨਾ ਖਾਸਤਾ ਹੰਗ ਅਸੈਂਬਲੀ ਆ ਗਈ ਤਾਂ ਇਹ ਕਈ ਲੀਡਰ ਜਿਹੜੇ ਆ ਪਾਰਟੀ ਛੱਡ ਕੇ ਦੂਜੇ ਪਾਸੇ ਵੀ ਜਾ ਸਕਦੇ ਜੋ ਉੱਥੋਂ ਆ ਸਕਦੇ ਆ ਤਾਂ ਵਾਪਸ ਵੀ ਜਾ ਸਕਦੇ ਆ ਮੈਂ ਜਿਵੇਂ ਅੱਗੇ ਕਿਹਾ ਕਿ ਜੇ ਜਿਹਨੇ ਦੋ ਵਾਰੀ ਪਾਰਟੀ ਬਦਲੀ ਆ ਉਹ ਤੀਜੀ ਵਾਰ ਵੀ ਛਾਲ ਮਾਰ ਸਕਦਾ ਵਾ ਸੋ ਇਸ ਕਾਰਨ ਕਰਕੇ ਬਿਹਤਰ ਹੋਊਗਾ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆਪਣੀ ਨਵੀਂ ਪਨੀਰੀ ਨਵਾਂ ਕਾਡਰ ਤਿਆਰ ਕਰੇ ਜਿਹਦੇ 'ਚ ਨੌਜਵਾਨ ਲੈਣ ਔਰਤਾਂ ਨੂੰ ਲੈਣ ਜਿਹਦੇ 'ਚ ਸਮਾਜ ਸੇਵੀਆਂ ਨੂੰ ਲੈਣ ਇਹੋ ਜਿਹੇ ਲੋਕਾਂ ਨੂੰ ਲੈ ਕੇ ਅਤੇ ਪਾਰਟੀ ਨੂੰ ਬੜਾਵਾ ਦੇਣ ਦੀ ਮੇਰੇ ਖਿਆਲ ਲੋੜ ਆ ਹੁਣ ਸਮਾਂ ਖਤਮ ਹੋ ਰਿਹਾ ਅੱਜ ਇੰਨਾ ਹੀ ਹੁਣ ਆਪਾਂ ਕੱਲ੍ਹ ਮਿਲਾਂਗੇ ਕੱਲ੍ਹ ਆਪਾਂ ਗੱਲ ਕਰਾਂਗੇ ਇੱਕ ਵੱਖਰੇ ਮਸਲੇ ਦੀ ਆਪਾਂ ਵਿਚਾਰਾਂਗੇ ਬੀਤ ਰਹੇ ਸਾਲ 2015 ਨੂੰ ਅਤੇ ਨਵਾਂ ਸਾਲ 2016 ਜਿਹੜਾ ਵਾ ਉਹ ਆ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਜੋ ਘਟਨਾਵਾਂ ਪਿਛਲੇ ਇੱਕ ਸਾਲ ਵਿੱਚ ਬੀਤੀਆਂ ਉਹਨਾਂ ਦਾ ਮਹੱਤਵ ਕੀ ਸੀ ਕੀ ਉਹਨਾਂ ਕਰਕੇ ਜੋ ਪਿਛਲੇ ਸਾਲ ਹੋਇਆ ਉਹਨਾਂ ਕਰਕੇ ਅਗਲੇ ਸਾਲ 'ਚ 2016 'ਚ ਸਿਆਸੀ ਸਮਾਜਿਕ ਆਰਥਿਕ ਅਤੇ ਨੈਤਿਕ ਤੌਰ 'ਤੇ ਕੋਈ ਚੇਂਜ ਆ ਸਕਦੀ ਆ ਕੀ ਇਹ ਚੇਂਜ ਸਾਡੀ ਬਿਹਤਰੀ ਵਾਸਤੇ ਹੋਊਗੀ ਇਹ ਆਪਾਂ ਗੱਲ ਕੱਲ੍ਹ ਵਿਚਾਰਾਂਗੇ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾ ਹਾਫਿਜ਼